ਝੋਨਾ ਹੁਣ ਸਾਰੇ ਪੰਜਾਬ ਝੋਨਾ ਹੀ ਝੋਨਾ ਖੜਾ ਬਾਬੇ ਉਹ ਸਾਰੀ ਧਰਤੀ 'ਤੇ ਪਾਣੀ ਹੀ ਪਾਣੀ ਖੜਾ ਪਾਣੀ ਦੀ ਬਹੁਤ ਵੱਡੀ ਖਪਤ ਹੋ ਰਹੀ ਆ ਬਾਬੇ ਉਹ ਕਾਰਨ ਹੁਣ ਕੀ ਹੈ ਜਿਹੜੀ ਅਸੀਂ ਮੇਨ ਗੱਲਬਾਤ ਕਰਨਾ ਚਾਹੁੰਦੇ ਹਾਂ ਬਾਬੇ ਉਹ ਖੇਤੀ ਦੇ ਬਾੜੀ ਦੇ ਵਿੱਚ ਬਦਲਾਅ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਬਦਲਾਅ ਹੁਣ ਸਾਨੂੰ ਮੰਨ ਕੇ ਚਲੋ ਸਾਡੀ ਕੀ ਹੁੰਦੀ ਹੈ ਸਾਡਾ ਝੋਨਾ ਕਿੰਨੇ ਰੁਪਏ ਦਾ ਹੁੰਦਾ ਸਾਡਾ ਝੋਨਾ ਮੰਨ ਕੇ ਚਲੋ ਆਹ ਆਪਣਾ ਵੀ 40 ਕੁਇੰਟਲ ਤਾਂ ਕਿਸੇ ਦਾ ਨਿਕਲਦਾ 40 ਕੁਇੰਟਲ ਝੋਨਾ ਕਿਸੇ ਦਾ ਹੀ ਨਿਕਲਦਾ ਜ਼ਿਮੀਂਦਾਰ ਦਾ ਨਹੀਂ ਬਾਬੇ ਉਹ ਐਵੇਂ 40 ਕੁਇੰਟਲ ਮੰਨ ਕੇ ਚੱਲ 100 ਮਣ ਝੋਨਾ ਕਿਸੇ ਦਾ ਨਿਕਲਦਾ ਨਹੀਂ ਗਾ ਨਹੀਂ ਬਾਬੇ ਉਹ 80 ਕੁਇੰਟਲ ਝੋਨਾ ਹੁੰਦਾ ਮੰਨ ਕੇ ਚਲੋ 30 ਕੁਇੰਟਲ ਝੋਨਾ ਆਸ ਪਾਸ ਹੁੰਦਾ 30 ਕੁਇੰਟਲ ਝੋਨੇ ਦੇ ਕਿੰਨੇ ਰੁਪਏ ਬਣੇ ਜੇ ਆਪਣੇ ਝੋਨਾ ਕੀ ਰੇਟ ਨੂੰ ਹੁੰਦਾ ਮੰਨ ਕੇ ਚਲੋ ਯਾਰ 60 ਕੁ ਹਜ਼ਾਰ ਦਾ ਝੋਨਾ ਆਸ ਪਾਸ ਹੁੰਦਾ 60 ਦੇ ਆਸ ਪਾਸ ਦਾ ਤਾਂ ਹੁੰਦਾ ਨਹੀਂ 60 ਕੁ ਹਜ਼ਾਰ ਦੇ ਆਸ ਪਾਸ ਝੋਨਾ ਹੁੰਦਾ 60 ਹਜ਼ਾਰ ਨਾਲ ਸਾਡਾ ਕੀ ਹੁੰਦਾ ਸਾਨੂੰ ਦੱਸੋ 60 ਹਜ਼ਾਰ ਨਾਲ ਸਾਡੇ ਖਰਚੇ ਝੋਨੇ ਤੇ ਇੰਨੇ ਹੋ ਜਾਂਦੇ ਨੇਗੇ ਇੰਨੇ ਜ਼ਿਆਦਾ ਖਰਚੇ ਹੋ ਜਾਂਦੇ ਨੇ ਦੇਖੋ ਲੇਬਰ ਦਾ ਖਰਚਾ ਰੇ ਸਪਰੇ ਠੀਕ ਹੈ ਤੇ ਪਦਾਨ ਪੈਚੋ ਜਿੰਕ ਹਾਂ ਕੱਲੇ ਕੱਲੇ ਚੀਜ਼ਾਂ ਦੇਖੋ ਨਾਲੇ ਇੰਨੇ ਨੇ ਮਹਿੰਗੀਆਂ ਕੱਖਾਂ ਵਾਲੀ ਦਵਾਈ ਇੰਨਾ ਗੱਟਾਂ ਵਾਲੀ ਦਵਾਈ ਇੰਨਾ ਜ਼ਿਆਦਾ ਖਰਚ ਹੋ ਜਾਂਦੇ ਨੇ ਪੈਸੇ ਕਿ ਜੇਕਰ ਸਾਡੇ ਕਿੱਲੇ ਦੇ ਵਿੱਚੋਂ 1-1.5 ਲੱਖ ਰੁਪਏ ਦੀ ਫਸਲ ਹੋਵੇ 6 ਮਹੀਨਿਆਂ ਦੀ ਫਸਲ ਦੀ ਗੱਲ ਕਰਦਾ 6 ਮਹੀਨਿਆਂ ਦੀ 1-1.5 ਲੱਖ ਰੁਪਏ ਦੀ ਕੋਈ ਫਸਲ ਹੋਰ ਹੋਵੇ 1.5 ਲੱਖ ਪਲੱਸ ਫਸਲ ਹੋਵੇ ਤਾਂ ਸਾਡੇ ਜ਼ਿਮੀਂਦਾਰ ਫਾਇਦੇ 'ਚ ਰਹਿਣਗੇ ਤਾਂ ਸਾਡੇ ਜ਼ਿਮੀਂਦਾਰ ਖੁਦਕੁਸ਼ੀਆਂ ਕਰਨ ਨੂੰ ਹਟਣਗੇ ਕਿਉਂਕਿ ਹੁਣ ਇੰਨੇ ਖਰਚੇ ਜ਼ਿਆਦਾ ਹੋ ਜਾਣਗੇ ਅਤੇ ਬਚਦਾ ਘੱਟ ਹੈ 60 ਹਜ਼ਾਰ ਦੀ ਮੰਨ ਕੇ ਚਲੋ ਜੀ ਜੀਰੀ ਲਾ ਲਓ ਅਤੇ 35-35 ਹਜ਼ਾਰ ਦੀ ਕਣਕ ਲਾ ਲਓ 80-90 ਹਜ਼ਾਰ ਰੁਪਏ ਦਾ ਪ੍ਰੋਫਿਟ ਮੰਨ ਕੇ 80-90 ਹਜ਼ਾਰ ਰੁਪਇਆ ਦਾ ਸਾਰਾ ਬਚ ਸਾਰਾ ਕੁਛ ਵੇਚ ਕਣਕ ਦੇ ਜੀਰੀ ਵੱਟ ਕੇ ਰੁਪਏ ਬਣਦੇ ਨੇ ਫਿਰ ਤਾਂ ਖਰਚੇ ਦੇਖੋ ਕਿੰਨੇ ਹੋ ਗਏ ਦੁੱਗਣਾ ਖਰਚਾ ਹੋ ਜਾਂਦਾ ਮਸਾਂ ਜ਼ਿਮੀਂਦਾਰ ਨੂੰ ਮੈਂ ਕਹਿੰਦਾ 5-10 ਹਜ਼ਾਰ ਰੁਪਏ ਕਿੱਲੇ ਦਾ ਖਰਚਾ ਬਚਦਾ ਤੁਸੀਂ ਆਪ ਹੀ ਹਿਸਾਬ ਲਓ ਉਹ 'ਚ ਜਵਾਕਾਂ ਦੀ ਫੀਸ ਵੀ ਭਰਨੀ ਹੈ ਜਵਾਕ ਵੀ ਪੜ੍ਹਾਉਣੇ ਆ ਜ਼ਿਮੀਂਦਾਰ ਨੇ ਆਪਦੇ ਹੋਰ ਵੀ ਕਿੰਨੇ ਖਰਚੇ ਕਰਨੇ ਆ ਲੋੜਾਂ ਹੁੰਦੀਆਂ ਨੇਗੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਮੇਨ ਕਾਰਨ ਖੇਤੀਬਾੜੀ ਦਾ ਬਦਲਾਅ ਦਾ ਖੇਤੀਬਾੜੀ ਦਾ ਬਦਲਾਅ ਕਿਵੇਂ ਹੋ ਸਕਦਾ ਮੈਂ ਹੁਣ 2-4 ਗੱਲਾਂ ਇਹ ਕਰਨਾ ਚਾਹੁੰਦਾ ਖੇਤੀ ਲੈ ਵਧੀਆ ਚੱਲ ਰਿਹਾ ਫੇਸਬੁੱਕ 'ਤੇ ਕਿੰਨੇ ਜਣੇ ਹੈਗੇ 178 ਹਾਂ 178 ਬਹੁਤ ਆ ਗਏ ਖੇਤੀਬਾੜੀ ਦੇ ਵਿੱਚ ਬਦਲਾਅ ਕਿਵੇਂ ਹੋ ਸਕਦਾ ਹੁਣ ਮੈਂ ਤੁਹਾਨੂੰ ਗੱਲਾਂ ਬਾਤਾਂ ਦੱਸਣਾ ਚਾਹੁੰਦਾ ਖੇਤੀਬਾੜੀ ਦੇ ਵਿੱਚ ਬਦਲਾਅ ਨੰਬਰ 1 ਤਾਂ ਸਾਡੀਆਂ ਸਰਕਾਰਾਂ ਬਹੁਤ ਜ਼ਿਆਦਾ ਮਾੜੀਆਂ ਨੇਗੀਆਂ ਇੰਨੀਆਂ ਜ਼ਿਆਦਾ ਮਾੜੀਆਂ ਸਰਕਾਰਾਂ ਨੇ ਭੈਣ ਚੋਂ ਤਾਂ ਇੱਡੇ ਜ਼ਿਆਦਾ ਗੂੰਗੇ ਨੇਗੇ ਖੇਤੀਬਾੜੀ ਮੰਤਰੀ ਕਿਹਨੂੰ ਲਾਓ ਜੀ ਖੇਤੀਬਾੜੀ ਮੰਤਰੀ ਐਂ ਕਰੋ ਜੀ ਉਹਨੂੰ ਲਾ ਦਿਓ ਆਪਣਾ ਜਿਹੜਾ ਬ੍ਰਹਮਿੰਦਰਾ ਬਣਿਆ ਜਾ ਉਹਨੂੰ ਡੱਕਾ ਪਤਾ ਨਹੀਂ ਹੈਗਾ ਖੇਤੀਬਾੜੀ ਮੰਤਰੀ ਉਹਨੂੰ ਉਹਦਾ ਵੈਸੇ ਹੈਲਥ ਮੰਤਰੀ ਹੈ ਉਹ ਐਗਜ਼ਾਮਪਲ ਦਿੱਤੀ ਹੈ ਉਹਨੂੰ ਲਾ ਦਿਓ ਜੀ ਉਹਨੂੰ ਭੈਣ ਚੋਦ ਨੂੰ ਖੇਤੀਬਾੜੀ ਬਾਰੇ ਪਰ ਪਤਾ ਨਹੀਂ ਹੁੰਦਾ ਉਹ ਗੱਲ ਹੀ ਦੱਸੀ ਉਹ ਕਿਵੇਂ ਸੀ ਕਹਿੰਦਾ ਤੁਸੀਂ ਲਾਲ ਮਿਰਚਾਂ ਕਿਉਂ ਨਹੀਂ ਕਰਦੇ ਉਹ ਮੇਰੀ ਗੱਲ ਦੱਸੋ ਉਹ ਬਾਬੇ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤੋਂ ਕਾਫੀ ਸਾਲ ਪਹਿਲਾਂ ਭਾਸ਼ਣ ਦਿੱਤਾ ਸੀਗਾ ਬਠਿੰਡੇ ਭਾਸ਼ਣ ਦੇ ਰਿਹਾ ਸੀਗਾ ਕੈਪਟਨ ਭੈਣ ਦਾ ਯਾਰ ਕੀ ਬੋਲਦਾ ਕਹਿੰਦਾ ਜੱਟਾਂ ਨੂੰ ਅਕਲ ਨਹੀਂ ਹੈਗੀ ਕਹਿੰਦਾ ਲਾਲ ਕਹਿੰਦਾ ਜਦੋਂ ਪਤਾ ਵੀ ਲਾਲ ਮਿਰਚਾਂ ਮਹਿੰਗੀਆਂ ਵਧੀਆ ਮਹਿੰਗੀਆਂ ਨੇਗੀਆਂ ਕਹਿੰਦਾ ਹਰੀਆਂ ਮਿਰਚਾਂ ਕਿਉਂ ਬੀਜਣਗੇ ਵੀ ਤੇਰੀ ਭੈਣ ਜਿਹੜਾ ਵੀ ਜੇ ਪਹਿਲਾਂ ਹਰੀਆਂ ਮਿਰਚਾਂ ਬੀਜਣਗੀਆਂ ਫੇਰ ਹੀ ਲਾਲ ਹੋਣਗੀਆਂ ਇਹੋ ਜਿਹੇ ਸਾਡੇ ਮੰਤਰੀ ਨੇ ਜਿਹਨਾਂ ਨੂੰ ਖੇਤੀਬਾੜੀ ਬਾਰੇ ਸਾਡੀ ਤਕਲੀਫਾਂ ਬਾਰੇ ਪਤਾ ਨਹੀਂ ਹੁਣ ਅੱਛਾ ਜੀ ਹੈਲਥ ਮੰਤਰੀ ਕੌਣ ਲੱਗਣਾ ਚਾਹੀਦਾ ਹੈਲਥ ਮੰਤਰੀ ਉਹ ਬੰਦਾ ਲੱਗਣਾ ਚਾਹੀਦਾ ਜਿਹਨੂੰ ਮੰਨ ਕੇ ਚੱਲ ਮੈਡੀਕਲ ਬਾਰੇ ਨੌਲੇਜ ਆ ਜਿਹਨੂੰ ਡਾਕਟਰੀ ਬਾਰੇ ਪਤਾ ਉਹ ਬੰਦਾ ਮੈਡੀਕਲ ਲੈਣ 'ਚ ਉਹ ਬੰਦੇ ਨੂੰ ਠੀਕ ਹੈ ਉਹ ਬੰਦੇ ਨੂੰ ਹੈਲਥ ਮੰਤਰੀ ਲਾਓ ਇਸ ਤਰ੍ਹਾਂ ਦੇ ਮੰਤਰੀ ਜਿਹੜੇ ਕੈਬਨਿਟ ਮੰਤਰੀਆਂ ਦੀ ਗੱਲ ਕਰਦਾ ਜਦੋਂ ਪੰਜਾਬ ਦੀ ਸਰਕਾਰ ਬਣ ਜਾਂਦੀ ਹੈ ਤਾਂ 10-15 ਕੈਬਨਿਟ ਮੰਤਰੀ ਲਾ ਜਾਂਦੇ ਨੇ ਜਿਨ੍ਹਾਂ ਕੋਲ ਪੂਰੇ ਅਹੁਦੇ ਹੁੰਦੇ ਨੇਗੇ ਹੁਣ ਚਲੋ ਪਹਿਲਾਂ ਹੁਣ ਕੀ ਗੱਲ ਚੱਲਦੀ ਸੀਗੀ ਹੁਣ ਆਹ ਹੁਣ ਮੈਂ ਭਾਰਤੀ ਕਿਸਾਨ ਯੂਨੀਅਨ ਦੀ ਗੱਲ ਕਰਦਾ ਬਾਬੇ ਉਹ ਭਾਰਤੀ ਕਿਸਾਨ ਯੂਨੀਅਨ ਦੇ ਅਸੀਂ ਵਾਰ ਵਾਰ ਗੱਲ ਕਿਉਂ ਕਰਦੇ ਹੋ ਹੁਣ ਕਹਿਣਗੇ ਕਈ ਵਾਰ ਕਹਿਣਗੇ ਸਲਟ ਲਈ ਖੜਾ ਬਾਬੇ ਅਸੀਂ ਖੇਤ ਖੜੇ ਸੀਗੇ ਮੀਂਹ ਪਈ ਜਾਂਦਾ ਸੀਗਾ ਤਾਂ ਕਰਕੇ ਅਸੀਂ ਹੁਣ ਤੁਹਾਨੂੰ ਪਤਾ ਕੱਪੜੇ ਭਜਾਉਂਦੇ ਸੀਗਾ ਅੱਜ ਵਧੀਆ ਸਾਡੇ ਭਾਰਤ ਤਾਂ ਹੁਣ ਇੱਥੇ ਸਿਮਲਾ ਅਸੀਂ ਇੱਥੇ ਮਨੋਰੰਜਨ ਕਰ ਲੈਂਦੇ ਆਪਦਾ ਕਿਸਾਨ ਯੂਨੀਅਨ ਦੀ ਗੱਲਬਾਤ ਕਰਦਾ ਸੀ ਕਿਸਾਨ ਯੂਨੀਅਨ ਬਾਬੇ ਮੇਰੇ ਦਾਦਾ ਜੀ ਨੇ ਘੱਟੋ ਘੱਟ 25-30 ਵਾਰੀ ਜੇਲ੍ਹ ਗਏ ਨੇ 25-30 ਵਾਰੀ ਕਿਸਾਨਾਂ ਦੇ ਲਈ 25-30 ਵਾਰੀ ਜੇਲ੍ਹ ਗਏ ਨੇਗੇ ਮੈਂ ਕਹਿੰਦਾ ਜਦੋਂ ਸਭ ਤੋਂ ਪਹਿਲਾਂ ਸੀਗਾ ਕਿਸਾਨ ਯੂਨੀਅਨ ਆਪਣੇ ਭਾਰਤ ਦਾ ਆਪਣੇ ਇੰਡੀਆ ਦਾ ਪੂਰਾ ਦਾ ਪ੍ਰਧਾਨ ਸੀਗਾ ਮਹਿੰਦਰ ਸਿੰਘ ਡਕੌਂਤ ਸਾਡੀ ਸਾਰੀ ਮੰਨ ਕੇ ਚੱਲੋ ਜਿਹੜੀ ਸਾਡੀ ਇੰਡੀਆ ਦੀ ਭਾਰਤੀ ਕਿਸਾਨ ਯੂਨੀਅਨ ਸੀ ਉਹਦਾ ਮਹਿੰਦਰ ਸਿੰਘ ਡਕੌਂਤ ਸੀਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਦਾ ਪ੍ਰਧਾਨ ਉਦੋਂ ਮੇਰੇ ਦਾਦਾ ਜੀ ਉਹਦੇ ਕੋਲ ਜਾਂਦੇ ਹੁੰਦੇ ਯੂਪੀ ਦੇ ਵਿੱਚ ਸੀਗਾ ਉਹ ਯੂਪੀ ਦੇ ਵਿੱਚ ਮੇਰੇ ਦਾਦਾ ਜੀ ਉਦੋਂ ਜਾਂਦੇ ਹੁੰਦੇ ਉਹਨਾਂ ਦੇ ਕੋਲ ਇੱਕ ਲੱਖੋਵਾਲ ਵੀ ਜਾਂਦਾ ਹੁੰਦਾ ਉਹਨਾਂ ਨਾਲ ਉਹਨਾਂ ਦੇ ਕੋਲ ਜਾਂਦੇ ਉਦੋਂ ਪੰਜਾਬ ਦੇ ਵਿੱਚ ਹੌਲੀ ਹੌਲੀ ਪੰਜਾਬ ਦੀ ਯੂਨੀਅਨ ਬਣਨੀ ਸਟਾਰਟ ਹੋਈ ਜਦੋਂ ਉਹਨਾਂ ਨੇ ਯੂਨੀਅਨ ਪੰਜਾਬ ਦੇ ਵਿੱਚ ਬਣਾਉਣੀ ਸਟਾਰਟ ਕਰੀ ਸਾਡੇ ਲੋਕ ਗਾਲਾਂ ਕੱਢਦੇ ਹੁੰਦੇ ਸਾਡੇ ਲੋਕ ਬਹੁਤ ਸਾਰੇ ਵੀ ਤੂੰ ਡੰਗਰਾਂ ਵਾਂਗੂ ਤੁਰੇ ਫਿਰਦਾ ਸਾਡੇ ਰਿਸ਼ਤੇਦਾਰੀਆਂ ਖੁਦ ਮੇਰੇ ਦਾਦਾ ਜੀ ਨੂੰ ਗਾਲਾਂ ਕੱਢਦੇ ਹੁੰਦੇ ਵੀ ਤਾਂ ਤੁਹਾਡੇ ਘਰ ਦਾ ਕੰਮ ਨਹੀਂ ਕਰਿਆ ਜਾਂਦਾ ਤੂੰ ਕੀ ਲੈਣਾ ਯੂਨੀਅਨ ਤੋਂ ਸਾਡੇ ਰਿਸ਼ਤੇਦਾਰ ਸਾਰੇ ਗਾਲਾਂ ਕੱਢਦੇ ਹੁੰਦੇ ਸਾਡੇ ਮੇਰੇ ਦਾਦੀ ਵਰਗੇ ਬਹੁਤ ਗਾਲਾਂ ਕੱਢਦੇ ਹੁੰਦੇ ਵੀ ਤੂੰ ਯੂਨੀਅਨ ਦੇ ਵਿੱਚ ਜਾ ਕੇ ਕੀ ਕਰੇਗਾ
ਪਰ ਉਹਦਾ ਇੱਕੋ ਹੀ ਮਕਸਦ ਸੀਗਾ ਵੀ ਮੈਂ ਲੋਕਾਂ ਦੀ ਸੇਵਾ ਕਰਨੀ ਆ, ਮੈਂ ਕਿਸਾਨਾਂ ਦਾ ਦੁੱਖ ਦਰਦ ਸੁਣਨਾ। ਜਦੋਂ ਬਾਬੇ ਡਾਂਗ ਵਰਦੀ ਹੁੰਦੀ ਘੱਟੋ ਘੱਟ ਉਹਦੇ ਇੱਕ ਵਾਰੀ ਤਾਂ ਨੱਕ ਦੀ ਹੱਡੀ ਤੋੜਤੀ ਸੀਗੀ ਪੁਲਿਸ ਨੇ, ਆਹ ਉਹਨੂੰ ਨੱਕ 'ਤੇ ਡਾਂਗ ਵੱਜੀ ਸੀਗੀ। ਬਹੁਤ ਸਮਾਂ ਸਾਰੇ ਸਮਾਂ 'ਤੇ ਡਾਂਗਾਂ ਉਹਨੇ ਖਾਧੀਆਂ ਕਿਸਾਨਾਂ ਦੇ ਲਈ, ਜੇਲ੍ਹਾਂ ਜਾਣਾ। ਕਾਰਨ ਕੀ ਸੀ ਵੀ ਕਿਸਾਨਾਂ ਨੂੰ ਸਮਝਾਉਣਾ, ਕਿਸਾਨਾਂ ਦੇ ਫਸਲਾਂ ਦੇ ਰੇਟ ਨਾ ਮਿਲਦੇ, ਆੜ੍ਹਤੀਆਂ ਨਾਲ ਵਾਧੂ ਵਾਧੂ ਲੜਨਾ, ਜੇ ਕਿਤੇ ਆੜ੍ਹਤੀ ਮੰਨ ਕੇ ਚੱਲ ਕਿਸਾਨਾਂ ਨਾਲ ਧੱਕਾ ਕਰਦੇ, ਆੜ੍ਹਤੀਆਂ ਨਾਲ ਜਾ ਕੇ ਲੜਨਾ। ਇੱਧਰ ਬਹੁਤ ਵੱਡੀ ਲੜਾਈ ਲੜੀ, ਇੱਧਰ ਆਪਣੇ ਸਾਡੇ ਇੱਧਰ ਸੀਗੀ, ਇੱਧਰ ਧੌਲਾ ਫੈਕਟਰੀ ਦੀ ਬਹੁਤ ਵੱਡੀ ਲੜਾਈ ਲੜੀ ਉਹਨਾਂ ਨੇ, ਬਹੁਤ ਸਾਰੀਆਂ ਲੜਾਈਆਂ ਲੜੀਆਂ। ਪਰ ਇੱਕੋ ਮਕਸਦ ਸੀਗਾ ਵੀ ਜਦੋਂ ਕਿਸਾਨਾਂ ਦੀਆਂ ਸਾਡੀਆਂ ਬਹੁਤ ਸਾਰੇ ਜਥੇਬੰਦੀਆਂ ਬਣਨ ਲੱਗ ਗਈਆਂ, ਉਹਨੂੰ ਇਹ ਚੀਜ਼ ਦਾ ਬਹੁਤ ਦੁੱਖ ਸਤਾਉਂਦਾ ਵੀ ਅਲੱਗ ਅਲੱਗ ਹਰ ਇੱਕ ਬੰਦਾ ਪ੍ਰਧਾਨ ਬਣਨਾ ਚਾਹੁੰਦਾ ਵੀ ਜਥੇਬੰਦੀਆਂ ਅਲੱਗ ਅਲੱਗ ਬਣੀ ਜਾਂਦੀਆਂ ਨੇਗੀਆਂ। ਇਹ ਕੀ ਕਾਰਨ ਹੈ? ਹੁਣ ਸਾਡੀ ਕਿਸਾਨ ਯੂਨੀਅਨ, ਹੁਣ ਸਾਡੇ ਹਰ ਇੱਕ ਬੰਦਾ ਚਾਹੁੰਦਾ ਵੀ ਕਿਸਾਨ ਯੂਨੀਅਨ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਹੁਣ ਹਰ ਇੱਕ ਬੰਦਾ ਜਾਗਰੂਕ ਹੋ ਚੁੱਕਿਆ। ਜਦੋਂ ਕੋਈ ਭੀੜ ਪੈਂਦੀ ਹੈ ਤਾਂ ਕਿਸਾਨ ਯੂਨੀਅਨ ਹੀ ਸੁਣਦੀ ਹੈ, ਹੋਰ ਤਾਂ ਕੋਈ ਸੁਣਦਾ ਨੀਗਾ। ਸਾਡੇ ਕਿਸਾਨਾਂ ਦੀ ਆ ਕੇ ਕੋਈ ਹੋਰ ਤਾਂ ਕੋਈ ਜਥੇਬੰਦੀ ਸੁਣਨੀ ਨਹੀਂ ਲੱਗੀ। ਜਦੋਂ ਕੋਈ ਮੰਨ ਕੇ ਚੱਲ ਕੋਈ ਕੁਦਰਤੀ ਆਫਤ ਹੁੰਦੀ ਤਾਂ ਕਿਸਾਨ ਯੂਨੀਅਨ ਸੁਣਦੀ ਹੈ। 17 ਜਥੇਬੰਦੀਆਂ ਹੋ ਗਈਆਂ। ਹੁਣ ਅਸੀਂ ਜਿੱਥੇ ਵੀ ਕਈ ਥਾਵਾਂ 'ਤੇ ਅਸੀਂ ਗਏ ਹਾਂ ਧਰਨੇ 'ਤੇ, ਮੇਰਾ ਵੀ, ਮੈਂ ਕਿਉਂਕਿ ਮੈਂ ਮੇਰੇ ਦਾਦਾ ਜੀ ਲਈ 'ਤੇ ਚੱਲਦਾ ਵੀ ਯਾਰ ਇੰਨਾ ਕਿਸਾਨਾਂ ਦੇ ਲਈ ਐਡਾ ਵੱਡਾ ਉਹਨੇ ਸੰਘਰਸ਼ ਕਰਿਆ ਵੀ ਆਪਾਂ ਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਵੀ, ਕਿਉਂਕਿ ਜਦੋਂ ਕਹਿੰਦਾ ਅਗਲਾ ਕਹਿੰਦਾ ਵੀ ਤੂੰ ਕਰਤਾਰ ਸਿੰਘ ਚੇਅਰਮੈਨ ਦਾ ਪੋਤਰਾ ਵੀ ਉਹਨੇ ਇੰਨੇ ਵਾਰੀ ਜੇਲ੍ਹਾਂ ਕੱਟੀਆਂ। ਹੁਣ ਅਸੀਂ ਕਈ ਥਾਵਾਂ ਜਾਂਦਾ, ਉੱਥੇ ਜਾ ਕੇ ਅਸੀਂ ਇੱਕ ਗੱਲ ਕਹਿੰਦੇ ਵੀ ਯਾਰ ਤੁਸੀਂ ਇੰਨੇ ਅਲੱਗ ਅਲੱਗ ਜਥੇਬੰਦੀਆਂ ਬਣਾਈਆਂ ਨੇ, ਹਰ ਇੱਕ ਪ੍ਰਧਾਨ ਆਪਦੀ ਚੌਧਰ ਭਾਲਦਾ, ਤੁਸੀਂ ਸਾਡੇ ਪੰਜਾਬ ਦੀ ਇੱਕ ਯੂਨੀਅਨ ਕਿਉਂ ਨਹੀਂ ਬਣਾਉਣਾ ਚਾਹੁੰਦੇ? ਸਾਡੇ ਪੰਜਾਬ ਦੀ ਇੱਕ ਯੂਨੀਅਨ ਹੋਵੇ, ਸਾਡੇ ਮੰਨ ਕੇ ਚੱਲ ਮਸਲਾ ਜਿਹੜਾ ਮਸਲਾ ਧਰਨੇ ਲਾ ਕੇ ਸੜਕਾਂ 'ਤੇ ਹੱਲ ਨਹੀਂ, ਹੱਲ ਕਈ ਕਈ ਦਿਨਾਂ 'ਚ ਹੁੰਦੇ ਨੇ, ਉਹ ਜਦੋਂ ਪਤਾ ਵੀ ਇੱਕ ਪ੍ਰਧਾਨ ਨੇ ਫੋਨ ਮਾਰਤਾ, ਉਹਦੇ ਪਿੱਛੇ ਇੰਨੀ ਪਬਲਿਕ ਆ, ਉਹਦੇ ਪਿੱਛੇ ਸਾਰੇ ਪੰਜਾਬ ਦੇ ਕਿਸਾਨ ਨੇ ਵੀ ਮਸਲਾ ਹੱਲ ਕਰ ਦਿਓ, ਨਹੀਂ ਚੰਡੀਗੜ੍ਹ ਤਾਂ ਕੀ ਦਿੱਲੀ ਵੀ ਹਿਲਾ ਦੇਣਗੇ, ਦਿੱਲੀ ਵੀ ਹਿਲਾ ਦੇਣਗੇ। ਹੁਣ ਕਾਰਨ ਇਹ ਹੈ ਵੀ ਭੈਣੋ ਅਲੱਗ ਅਲੱਗ ਤਾਂ ਪ੍ਰਧਾਨ ਬਣੇ ਬੈਠੇ ਨੇ। ਜਦੋਂ ਮੰਨ ਕੇ ਚੱਲ ਕੋਈ CID ਰਿਪੋਰਟ ਚੱਲਦੀ ਹੈ, ਜਦੋਂ ਧਰਨਾ ਲਾਉਂਦੇ ਨੇ, ਪਹਿਲਾਂ ਸਾਰੇ ਪ੍ਰਧਾਨਾਂ ਨੂੰ ਇਕੱਠਾ ਕਰਨਾ ਪੈਂਦਾ, ਪੁੱਛਣਾ ਪੈਂਦਾ, ਕਿਸੇ ਦੀ ਇੱਕ ਦੀ ਪੁੱਗ ਤਾਂ ਹੈ ਨਹੀਂ ਗੀ। ਉਹ ਤਾਂ ਕਰਕੇ ਫਲੋਫ ਹੈ ਯੂਨੀਅਨ। ਸਾਡਾ ਇੱਕੋ ਇੱਕ ਮਕਸਦ ਆ ਵੀ ਕੋਈ ਇੱਕ ਗੱਲ ਯਾਦ ਰੱਖਿਓ, ਅਸੀਂ ਮੈਂ ਕਿਸਾਨ ਯੂਨੀਅਨ ਦੇ ਮੁੱਦੇ 'ਤੇ ਬੋਲਣਾ ਚਾਹੁੰਦਾ। ਮੇਰਾ ਦਾਦਾ ਜੀ ਪ੍ਰਧਾਨ ਰਹੇ ਨੇ, ਡਿਸਟ੍ਰਿਕਟ ਪ੍ਰਧਾਨ ਰਹੇ ਨੇ, ਕਿ ਹੋਰ ਕਈ ਥਾਵਾਂ 'ਤੇ ਜਥੇ ਬੰਦੇ, ਪਰ ਮੈਂ ਕਦੇ ਕਿਸਾਨ ਯੂਨੀਅਨ ਦਾ ਪ੍ਰਧਾਨ ਨਹੀਂ ਬਣੂੰਗਾ, ਕਿਉਂਕਿ ਹਰ ਇੱਕ ਬੰਦੇ ਨੂੰ ਇਹ ਹੋਊਗਾ ਵੀ ਇਹ ਮੁੱਦੇ 'ਤੇ ਬੰਦਾ ਬੋਲਦਾ ਰਹਿੰਦਾ, ਪ੍ਰਧਾਨ ਕੀ ਖਾਤਰ ਪਤਾ ਨਹੀਂ ਬੋਲਦਾ। ਸਾਡੇ ਕਿਸਾਨਾਂ ਦੀ, ਸਾਡੇ ਕਿਸਾਨਾਂ ਦੀ ਪੰਜਾਬ ਦੇ ਵਿੱਚ, ਮੈਂ ਤਾਂ ਇਹ ਸੁਪਨਾ ਸੋਚਦਾ ਵੀ ਸਾਡੇ ਕਿਸਾਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਹੋਵੇ ਸਾਡੀ, ਕਿਉਂਕਿ ਜਿਹੜੀ ਕਿਸਾਨਾਂ ਦੀ ਵੋਟ ਹੈ, 80% ਕਿਸਾਨਾਂ ਦੀ ਵੋਟ ਹੈ ਪੰਜਾਬ ਦੇ ਵਿੱਚ। ਕੋਈ ਵੀ ਸਰਕਾਰ ਬਣਦੀ ਹੈ ਕਿਸਾਨਾਂ ਦੇ ਸਿਰ ਤੋਂ ਬਣਦੀ ਹੈ। ਜਦੋਂ ਸਾਡੇ ਕਿਸਾਨਾਂ ਦੀ ਸਰਕਾਰ ਬਣ ਗਈ, ਸਾਡੇ ਕਿਸਾਨ ਯੂਨੀਅਨ ਦੇ ਨਾਂ 'ਤੇ ਸਰਕਾਰ ਬਣ ਗਈ, ਸਾਨੂੰ ਅਸੀਂ ਭੈਣ ਚੋਦਾਂ ਅਕਾਲੀਆਂ ਦੇ ਨਾਲ ਕਾਂਗਰਸ ਦੀ, ਠੀਕ ਆ, ਅਸੀਂ ਮੁੰਡ ਨਹੀਂ ਮਾਰਦੇ ਕਾਂਗਰਸ ਜਾਂ ਉਹਦੀ, ਠੀਕ ਆ, ਅਕਾਲੀਆਂ ਦੀ, ਸਾਡੀ ਕਿਸਾਨਾਂ ਦੀ ਆਪਦੀ, ਸਾਡੀ ਕਿਸਾਨਾਂ ਦੇ ਨਾਂ 'ਤੇ ਪਾਰਟੀ ਹੋਊਗੀ। ਇੰਨੇ ਜ਼ਿਆਦਾ ਪਾਰਟੀ ਦੇ ਰੂਲ ਸਟ੍ਰਿਕ ਹੋਣ ਵੀ ਜੇ ਕਿਸੇ ਬੰਦੇ ਨੇ ਮੰਨ ਕੇ ਚੱਲ ਵੀ ਕਿਸੇ ਨੇ ਕਿਸਾਨਾਂ ਦੇ ਖਿਲਾਫ ਕੋਈ ਹਮਦਰਦੀ ਦੀ ਗੱਲ ਨਹੀਂ ਕਰਦਾ, ਜਾਂ ਕਿਸਾਨਾਂ ਦੇ ਮੰਨ ਕੇ ਚੱਲ ਵੀ ਕੋਈ ਪੱਖ ਦੀ ਗੱਲ ਨਹੀਂ ਕਰਦਾ, ਕਿਸਾਨਾਂ ਦੇ ਖਿਲਾਫ ਬੋਲਦਾ, ਜਾਂ ਕਿਸੇ ਲੀਡਰ ਦੀ ਚਮਚਾਗਰੀ ਕਰਦਾ, ਉਹਨੂੰ ਚੱਕ ਕੇ ਉਹਦੀ ਬਾਹਰ, ਇਸ ਤਰ੍ਹਾਂ ਦੇ ਸੁਪਨੇ ਸੋਚਦੇ ਅਸੀਂ ਕਿਸਾਨ ਯੂਨੀਅਨ ਇੱਕ ਕਰਨ ਦੀਆਂ ਬਹੁਤ ਗੱਲਾਂ ਸੋਚਦੇ ਵੀ ਪੰਜਾਬ ਦੀ ਖੇਤੀਬਾੜੀ ਵਿੱਚ ਬਦਲਾਅ ਦੀ ਗੱਲ। ਹੁਣ ਸਾਡੇ ਜੀਰੀ ਦੀ ਮੈਂ ਪਹਿਲਾਂ ਬਦਲਾਅ ਦੀ ਗੱਲ ਵਿਚਾਲੇ ਰਹਿ ਗਈ ਸੀ, ਬਹੁਤ ਸਾਰੀਆਂ ਫਸਲਾਂ ਐਵੇਂ ਪਈਆਂ ਨੇ। ਹੁਣ ਅਸੀਂ ਭੁੱਕੀ ਫੀਮ ਦਾ ਮੁੱਦਾ ਉਠਾਇਆ ਹੋਇਆ, ਸਾਡਾ ਜ਼ੋਰਾਂ ਸ਼ੋਰਾਂ 'ਤੇ ਪੂਰਾ ਭੁੱਕੀ ਫੀਮ ਦਾ ਮੁੱਦਾ ਚੱਲ ਰਿਹਾ। ਲਾਈਵ ਕਿਵੇਂ ਚੱਲ ਰਿਹਾ ਫੇਸਬੁੱਕ? ਵਧੀਆ ਬੰਦੇ ਚੱਲ ਰਹੇ ਨੇ, ਮਾੜਾ ਮੈਨੂੰ ਦੇਖ ਲੈਣ ਦੇ ਇੱਕ ਵਾਰੀ, ਹੁਣ ਥੋੜ੍ਹਾ ਮੁੱਦਾ, ਹਾਂ ਬਹੁਤ ਬੰਦੇ ਚੱਲ ਰਹੇ ਨੇ, ਮਾੜਾ ਇਹਨੂੰ ਐਂ ਕਰਦੇ। ਹੁਣ ਅਸੀਂ ਭੁੱਕੀ ਫੀਮ ਦੀ ਗੱਲ ਕਰਾਂਗੇ ਲਾਈਵ, ਥੋੜ੍ਹਾ ਸ਼ੇਅਰ ਹੋਰ ਕਰ ਦਿਉ। ਹਾਂ ਹੁਣ ਗੱਲ, ਹੁਣ ਜਿਹੜਾ ਅਸਲੀ ਮਤਲਬ ਇਹ ਗੱਲ, ਅਸਲੀ ਮੁੱਦਾ ਹੁਣ ਅਸੀਂ ਕਹਿੰਦੇ ਵੀ ਪੰਜਾਬ ਦੇ ਵਿੱਚ ਭੁੱਕੀ ਫੀਮ ਦੀ ਖੇਤੀ ਹੋਵੇ, ਉਹਦੇ ਨਾਲ ਕੀ ਹੋਊਗਾ? ਹੁਣ ਸਰਕਾਰਾਂ ਕੀ ਕਹਿੰਦੇ ਨੇ ਵੀ ਪੰਜਾਬ ਨਸ਼ੇੜੀ ਬਣ ਜੂਗਾ ਵੀ ਭੁੱਕੀ ਫੀਮ ਦੀ ਖੇਤੀ ਹੋਊਗੀ। ਸਾਡੇ ਪੰਜਾਬ ਦੇ ਵਿੱਚ ਕਣਕ ਹੁੰਦੀ ਹੈ, ਕਣਕ ਦੇ ਟਾਈਮ ਹੁੰਦੀ ਹੈ ਪੋਸਤ ਸਾਡੇ ਪੰਜਾਬ ਦੇ ਵਿੱਚ। ਹੁਣ ਕਣਕ ਹੁੰਦੀ ਹੈ ਸਾਡੀ 30,000 ਦੀ, ਜੇ ਸਾਡਾ ਪੋਸਤ ਭੁੱਕੀ ਫੀਮ ਸਸਤੀ ਵੀ ਮਿਲੂਗੀ, ਵਿਕੂਗੀ, ਤਾਂ ਸਾਡਾ 2,00,000 ਰੁਪਏ ਦਾ ਪੋਸਤ ਸਾਡੇ ਮੰਨ ਕੇ ਚੱਲ ਜਮ੍ਹਾਂ ਮੰਦਾ ਸਿੱਟ ਕੇ 2,00,000 ਰੁਪਏ ਦਾ ਪੋਸਤ ਨਿਕਲਦਾ ਸਾਡੇ ਕਿੱਲੇ 'ਚੋਂ, 2,00,000 ਰੁਪਏ ਦਾ। ਤੁਸੀਂ ਹਿਸਾਬ ਲਾਓ ਵੀ ਹੁਣ ਨੈਚੁਰਲ ਚੀਜ਼ ਆ ਯਾਰ ਭੁੱਕੀ ਫੀਮ ਕੀ ਆ? ਉਹ ਨੈਚੁਰਲ ਤਾਂ ਮੈਡੀਸਨ ਨੈਚੁਰਲ ਬਣੇ, ਹੁਣ ਜਿਹੜਾ ਪੰਜਾਬ ਦੇ ਵਿੱਚ ਮੈਡੀਸਨ ਆ ਰਿਹਾ ਉਹ ਸਾਰਾ ਕੈਮੀਕਲਾਂ ਤੋਂ ਬਣ ਰਿਹਾ। ਕੈਨੇਡਾ ਅਮੈਰੀਕਾ ਦੇ ਕਾਫੀ, ਕੈਨੇਡਾ ਅਮੈਰੀਕਾ ਬਾਹਰੋਂ ਮੰਗਾ ਕੇ, ਬਾਹਰੋਂ ਮੰਨ ਕੇ ਚੱਲ ਉਹ ਆਪਣਾ ਉੱਥੋਂ ਮੰਗਾ ਕੇ ਉਹ ਜ਼ਿਆਦਾਤਰ ਪੋਸਤ ਤੋਂ ਬਹੁਤ ਚੀਜ਼ਾਂ ਤਿਆਰ ਕਰ ਰਹੀ ਹੈ। ਅਮੈਰੀਕਾ ਨੇ ਜਿਹੜਾ ਸੁੱਖਾ ਸੀਗਾ, ਜਿਹੜਾ ਮੰਨ ਕੇ ਸੁੱਖਾ ਸੀ ਨਾ, ਹੈ ਨਾ, ਪੋਸਤ ਤੋਂ ਅਮੈਰੀਕਾ ਨੇ ਲੀਗਲ ਕਰਤਾ। ਉਹ ਕਿਉਂ ਲੀਗਲ ਕਰਤਾ? ਕਿਉਂਕਿ ਨੈਚੁਰਲ ਚੀਜ਼ ਆ, ਕਹਿੰਦੇ ਇਹ ਤੋਂ, ਕਹਿੰਦੇ ਵੀ ਕੈਮੀਕਲਾਂ ਨਾਲੋਂ ਤਾਂ ਕਹਿੰਦੇ ਸੁੱਖਾ ਕਿਤੇ ਵਧੀਆ। ਹੁਣ ਸਾਡੇ ਚਿੱਟੇ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਨੇਗੀਆਂ, ਸਾਡੇ ਦਾਰੂ ਪੀਣ ਨਾਲ ਸਾਡੇ ਪਿੰਡ 'ਚ ਵਿੱਚ ਆਏ ਸਾਲ 2-3 ਮੌਤਾਂ ਹੁੰਦੀਆਂ ਨੇ ਦਾਰੂ ਵਾਲਿਆਂ ਦੀ। ਮੈਂ ਅੱਜ ਤੱਕਰ ਆਪਦੇ ਕਿਤੇ, ਮੈਂ ਤਾਂ ਕਹਿਣਾ ਵੀ ਭੁੱਕੀ ਫੀਮ ਖਾਣੀ ਨਹੀਂ ਚਾਹੀਦੀ, ਪਰ ਅੱਜ ਤੱਕਰ ਮੈਂ ਭੁੱਕੀ ਫੀਮ ਖਾਣ ਵਾਲਾ ਬੰਦਾ
ਫੀਮ ਭੁੱਕੀ ਗਾ ਕੇ ਬੰਦਾ ਕੰਮ ਕਰੂਗਾ ਬਾਬੇ ਉਹ ਕੰਮ। ਹਾਂ ਦੂਜੀ ਗੱਲ ਹੋਰ ਹੈ, ਭੁੱਕੀ ਫੀਮ ਨਸ਼ੇ ਦੇ ਤੌਰ 'ਤੇ ਨਾ ਵਰਤੋ। ਅਸੀਂ ਕਹਿਣਾ ਵੀ ਉਹਦਾ ਦਵਾਈਆਂ ਬਣਨ, ਉਹ ਭੈਣ ਚੋਦੋ ਇੰਨੀ ਵਧੀਆ ਚੀਜ਼ ਆ ਵੀ ਉਹ ਦਵਾਈਆਂ ਮੈਡੀਸਨ ਉਹ ਤੋਂ ਤਿਆਰ ਹੋਣ ਲੱਗ। ਹਰੇਕ ਮੈਡੀਸਨ ਦੇ ਵਿੱਚ ਫੀਮ ਦਾ ਸ਼ਲਟ ਪੈਣੀ ਪੈਣਾ, ਹਰੇਕ ਦਾ ਸ਼ਲਟ ਲਿਖਿਆ ਹੁੰਦਾ, ਪਾਉਂਦੇ ਨੀ ਭੈਣ ਚੋਦ, ਪਾਉਂਦੇ ਨੀ ਫੀਮ ਦਾ ਸ਼ਲਟ ਲਿਖਿਆ ਹੁੰਦਾ, ਪਾਉਂਦੇ ਨੀ ਕੈਮੀਕਲ ਪਾਉਂਦੇ ਨੇ, ਕੈਮੀਕਲ ਪਾਉਂਦੇ ਨੇ ਭੈਣ ਚੋਦ, ਸ਼ਲਟ ਲਿਖਿਆ ਹੁੰਦਾ ਕਈ ਮੈਡੀਸਨਾਂ ਦੇ ਫੀਮ ਦਾ ਸ਼ਲਟ ਆ, ਉਹ 'ਚ ਪਾਉਂਦੇ ਨੀਗੇ ਭੈਣ ਚੋਦ, ਉਹਦਾ ਇਕੱਲਾ ਕੈਮੀਕਲ ਹੁੰਦਾ। ਨਾਲੇ ਜੇ ਫੀਮ ਭੁੱਕੀ ਹੋਵੇ ਨਾ ਕਿਸੇ ਨੂੰ ਕੋਈ ਬਿਮਾਰੀ ਲੱਗੇ ਬਾਬਿਓ। ਅਸੀਂ ਬਾਬਿਓ ਮੈਂ ਬੇਨਤੀ ਕਰਦਾ ਸਾਡੇ ਕਿਸਾਨਾਂ ਨੂੰ, ਸਾਡੇ ਭਰਾਵਾਂ ਨੂੰ ਵੀ ਇਸ ਸਾਲ ਸਾਡੇ ਜਿਹਦੇ ਕੋਲ ਸਾਡੇ ਕਿਸਾਨ ਕੋਲ 10 acres ਜ਼ਮੀਨ ਆ, ਉਹ ਕਿੱਲਾ ਨਹੀਂ ਤਾਂ ਅੱਧਾ ਕਿੱਲਾ ਪੋਸਟ ਦਾ ਪੱਕਾ ਬੀਜੇ। ਦੇਖਾਂਗੇ ਸਰਕਾਰਾਂ ਹਟਾਉਂਦੇ ਨੇ ਕਿ ਨਾ, ਜਿਹਦੇ ਸਾਡੇ ਜਦੋਂ ਸਾਡੇ ਇੱਕ ਪਿੰਡ ਦੇ ਵਿੱਚ, ਸਾਡੇ ਪਿੰਡ ਦੇ ਵਿੱਚ 6,500 acres ਜ਼ਮੀਨ ਹੈ, ਸਾਡੇ ਪਿੰਡ ਦੀ ਇੰਨੀ ਜ਼ਮੀਨ ਆ 6,500 acres। ਸੰਗਰੂਰ ਜਦੋਂ ਹੁਣ ਸੰਗਰੂਰ ਬਰਨਾਲਾ 2 ਡਿਸਟ੍ਰਿਕਟ ਬਣ ਗਏ, ਸਾਡਾ ਜਿਹੜਾ ਹੁਣ ਪਿੰਡ ਆ ਸੰਗਰੂਰ ਅਤੇ ਬਰਨਾਲੇ ਦੇ ਵਿਚਾਲੇ ਆ, ਸਾਡਾ ਬਰਨਾਲੇ ਦੇ ਵਿੱਚ ਆਉਂਦਾ। ਸਭ ਤੋਂ ਵੱਧ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਸਾਡੇ ਪਿੰਡ ਦੀ ਜ਼ਮੀਨ ਸਭ ਤੋਂ ਵੱਧ ਗਿਣੀ ਗਈ ਆ, 6,500 acres ਜ਼ਮੀਨ ਆ ਸਾਡੇ ਪਿੰਡ ਦੀ। ਅਤੇ 6,500 acres ਦੇ ਵਿੱਚ ਜੇ ਕਿਸੇ ਨੇ 500 kilos ਪੋਸਤਾਂ ਦਾ ਲੱਗ ਗਿਆ, ਸਾਰੇ ਕਿਸਾਨਾਂ ਨੇ ਅੱਧਾ ਅੱਧਾ ਪਾਉਣਾ ਪਾਉਣਾ ਕਿੱਲਾ ਲਾ ਤਾ, ਤਾਂ ਕੀ ਜਰਤਾ ਵੀ ਆ ਕੇ ਕਿਸੇ ਨੂੰ ਗ੍ਰਿਫਤਾਰ ਕਰ ਲਊ ਪੰਜਾਬ ਪੁਲਿਸ? ਕਿਉਂ ਗ੍ਰਿਫਤਾਰ ਕਰੂ? ਸਾਡੀ ਖੇਤੀ ਅਸੀਂ ਕਰਾਂਗੇ, ਅਸੀਂ ਕਰ ਸਕਦਾ, ਸਾਡੀ ਜ਼ਮੀਨ ਆ, ਸਾਨੂੰ ਤੁਸੀਂ ਕਿਵੇਂ ਰੋਕ ਸਕਦੇ ਹੋ? ਇਹੀ ਗੱਲ ਆ ਬਾਬੇ, ਇਹੀ ਕਾਰਨ ਆ ਜੇ ਪੰਜਾਬ ਨੂੰ ਅਮੀਰ ਕਰਨਾ, ਪੰਜਾਬ ਦੇ ਵਿੱਚ ਖੇਤੀਬਾੜੀ ਬਦਲਾਅ ਹੋਣਾ ਬਹੁਤ ਜ਼ਰੂਰੀ ਹੈ। ਹੁਣ ਮੈਂ ਦੂਜੀ ਗੱਲ ਕਰਨਾ ਚਾਹੁੰਦਾ ਆਲੂਆਂ ਦੀ। ਆਲੂਆਂ ਦੀ ਬਾਬੇ ਬਹੁਤ ਡਿਮਾਂਡ ਆ। ਹੁਣ ਆਲੂ ਦਾ ਕੀ ਰੇਟ ਹੈ? ਹੁਣ 15-20 rupees ਚੱਲ ਰਿਹਾ ਨਾ, ਹੁਣ 15-20 rupees ਕਿਲੋ ਚੱਲ ਰਿਹਾ ਆਲੂ। ਜਦੋਂ ਆਲੂ ਸਾਡੇ ਕਿਸਾਨ ਭਰਾ ਕੀ ਕਰਦੇ ਨੇਗੇ, ਆਲੂ ਜਦੋਂ ਪੜਦੇ ਨੇ 2-3 rupees ਕਿਲੋ ਵਿਕਦਾ, ਉਹ ਕਾਰਨ ਤੁਹਾਨੂੰ ਪਤਾ ਕੀ ਕਾਰਨ ਹੈ? ਉਹਦਾ ਕਾਰਨ ਸਭ ਤੋਂ ਵੱਡਾ ਪਤਾ ਕੀ ਆ? ਉਹਦਾ ਕਾਰਨ ਭੈਣ ਚੋਦੋ ਇਹ ਆ, ਤੁਹਾਨੂੰ ਮੈਂ ਦੱਸਦਾ, ਲੋਕੋ ਸਰਕਾਰਾਂ ਨੂੰ ਮੈਂ ਗੱਲ ਕਹਿਣਾ ਚਾਹੁੰਦਾ, ਕਿਉਂਕਿ ਪੰਜਾਬ ਦੇ ਵਿੱਚ ਸਰਕਾਰੀ ਕੋਲਡ ਸਟੋਰ ਨਹੀਂ ਹੈਗੇ। ਜਦੋਂ ਸਾਡੇ ਕਿਸਾਨ ਪ੍ਰਾਈਵੇਟ ਕੋਲਡ ਸਟੋਰਾਂ 'ਚ ਆਲੂ ਧਰਦੇ ਨੇ, ਮੰਨ ਕੇ ਚੱਲ ਸਟੋਰ ਕਰਕੇ ਧਰਦੇ ਨੇ, ਤਾਂ ਉਹਦਾ ਕਿਰਾਇਆ ਭੈਣ ਚੋਦਾ ਇੰਨਾ ਬਣ ਜਾਂਦਾ ਕਿ ਆਲੂ ਉੱਥੇ ਛੱਡ ਕੇ ਆ ਜਾਂਦੇ ਨੇ। ਜੇਕਰ ਸਾਡੇ ਕਿਸਾਨ ਨੂੰ ਇੰਨੀ ਸਬਸਿਡੀ ਹੋਵੇ, ਉਹਨਾਂ ਨੂੰ ਮੰਨ ਕੇ ਚੱਲ ਕੋਲਡ ਸਟੋਰ ਫ੍ਰੀ ਹੋਣ, ਉਹਦੇ ਵਿੱਚ ਆਲੂ ਧਰ ਕੇ ਹੁਣ ਜਦੋਂ 20 rupees ਕਿਲੋ ਆਲੂ ਵਿਕਦਾ ਤਾਂ ਹੁਣ ਵੇਚ ਸਕਣ। ਇਹ ਕਾਰਨ ਹੈ, ਕਿਉਂਕਿ ਸਰਕਾਰਾਂ ਨੂੰ ਭੈਣ ਚੋਦਾ ਪਤਾ ਨਹੀਂ ਕੋਲਡ ਸਟੋਰ ਬਣਾਉਣੇ ਕਿੱਡੀ ਕੁ ਵੱਡੀ ਗੱਲ ਹੈ। ਕੋਲਡ ਸਟੋਰ ਬਣਾਉਣੇ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ। ਅਸੀਂ ਸਾਡੇ ਹੁਣ ਸਾਡੀ ਝੋਨੇ ਦੇ ਵਿੱਚ ਕਿਉਂ ਖੇਤੀ ਹੈ? ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਹੋਰ ਸਬਜ਼ੀਆਂ ਜਿਹੜੀਆਂ ਮਹਿੰਗੀਆਂ ਉਗਾ ਕੇ ਉਹ ਕੋਲਡ ਸਟੋਰਾਂ ਦੇ ਵਿੱਚ ਧਰਦੇ ਕਰੀਏ। ਕੋਲਡ ਸਟੋਰ ਤਾਂ ਇੱਕ ਸਾਡੇ ਬਰਨਾਲੇ ਨੇ, ਉਹ ਪ੍ਰਾਈਵੇਟ ਕੋਲਡ ਸਟੋਰ ਨੇ। ਭੈਣ ਚੋਦਾ ਮੈਂ 20 times ਕਹਿੰਦਾ ਵੀ ਕੋਲਡ ਸਟੋਰ ਸਰਕਾਰੀ ਹੋਣੇ ਬਹੁਤ ਜ਼ਰੂਰੀ ਨੇ, ਕਿਉਂਕਿ ਪੰਜਾਬ ਦਾ ਟੈਂਪਰੇਚਰ ਆ ਬਹੁਤ ਜ਼ਿਆਦਾ ਗਰਮ ਹੈ। ਜਿਹੜੀਆਂ ਫਸਲਾਂ ਨੇ, ਜਿਹੜੀਆਂ ਇਸ ਤਰ੍ਹਾਂ ਦੀਆਂ ਫਸਲਾਂ ਨੇ, ਉਹ ਕੋਲਡ ਸਟੋਰਾਂ 'ਚ ਧਰ ਕੇ ਜਦੋਂ ਪਤਾ ਵੀ ਹੁਣ ਮਹਿੰਗੀ ਆ, ਉਦੋਂ ਵੱਧ ਸਾਡੇ ਕਿਸਾਨ ਭਰਾ ਮੁਨਾਫਾ ਲੈ ਸਕਦੇ ਨੇ, ਵੱਧ ਮੁਨਾਫਾ ਲੈ ਸਕਦੇ ਨੇ। ਇਸ ਤਰ੍ਹਾਂ ਦੀਆਂ ਫਸਲਾਂ ਨੇ ਜਿਹੜੀਆਂ ਸਬਜ਼ੀਆਂ ਜਿਹੜੀਆਂ ਕੋਲਡ ਸਟੋਰ ਕਰਨੀਆਂ ਪੈਂਦੀਆਂ ਨੇ। ਇਹ ਭੈਣ ਚੋਦਾਂ ਨੂੰ ਇਹਨਾਂ ਨੂੰ ਅਕਲ ਹੀ ਨਹੀਂ ਹੈਗੀ। ਹੁਣ ਸਾਨੂੰ ਸੰਭਾਲੇ ਖੇਤੀਬਾੜੀ ਕੰਮ, ਅਸੀਂ ਮੈਂ ਕਹਿੰਦਾ ਅਸੀਂ ਸਾਨੂੰ ਖੇਤੀਬਾੜੀ ਦਾ ਇੰਨੀਆਂ ਚੀਜ਼ਾਂ ਦਾ ਪਤਾ ਸੀ, ਅਸੀਂ ਤੁਹਾਨੂੰ ਸਾਰਾ ਦਿਨ 'ਚ ਦੱਸੀ ਜਾਵਾਂਗੇ ਵੀ ਆਹ ਬਈ ਖੇਤੀਬਾੜੀ ਦਾ ਇਸ ਤਰ੍ਹਾਂ ਕੰਮ ਹੋ ਜਾਂਦਾ ਇਸ ਤਰ੍ਹਾਂ। ਬਾਬੇ ਉਹ ਸਾਡੀ ਜਿਹੜੀ ਹੁਣ ਅਸੀਂ ਖੜੇ ਹਾਂ, ਜਿਹੜੇ ਅਸੀਂ ਬੰਦੇ ਜਿੰਨੇ ਵੀ ਤੁਸੀਂ ਕਹਿੰਦੇ ਹੋ ਵੀ ਇਹ ਕੰਮ ਨਹੀਂ ਕਰਦੇ, ਇਹ ਨਹੀਂ ਕਰਦੇ, ਅਸੀਂ ਉਹ ਬੰਦੇ ਹਾਂ। ਸਭ ਤੋਂ ਔਖਾ ਕੰਮ ਹੈ ਬੋਰਡ ਦੇ ਵਿੱਚ ਜਾ ਕੇ ਜੈਨ ਡੋਰੀ ਬਦਲਣਾ। ਜਦੋਂ ਸਾਡੇ ਹੁਣ ਤਾਂ ਸਾਡੇ ਸਾਰੇ ਸਮਰਸੀਬਲਾਂ ਹੋ ਗਏ ਪਿੰਡ ਦੇ ਵਿੱਚ, ਸਮਰਸੀਬਲਾਂ ਹੋ ਗਏ, ਜਦੋਂ ਜੈਨ ਡੋਰੀ ਬਦਲਣੀ ਪੈਂਦੀ ਨਾ, ਉੱਧਰੋਂ ਚਿੱਤੜ ਦੇ ਮੱਛਰ ਲੜਦਾ ਹੁੰਦਾ, ਉੱਧਰ ਭੈਣ ਚੋਦ ਮੱਛਰ ਲੜਦਾ, ਉੱਧਰੋਂ ਜੈਨ ਡੋਰੀ ਬਦਲਣੀ ਪੈਂਦੀ ਹੈ। ਮੋਨੋ ਬਲਾਕ ਟੋਏ ਦੇ ਵਿੱਚ ਉਤਰਨਾ ਪੈਂਦਾ। ਹੁਣ ਤਾਂ ਸਾਡੇ ਸਾਰੇ ਟੋਏ ਬੰਦ ਹੋ ਗਏ, ਸਾਡੇ ਉਹ ਕੰਮ ਕਰੇ ਹੋਏ ਨੇ, ਸੱਪ ਬੈਠੇ ਹੁੰਦੇ ਨੇ ਟੋਏ ਦੇ ਵਿੱਚ, ਸਾਡੇ ਉਹ ਕੰਮ ਕਰੇ ਹੋਏ ਨੇ ਭੈਣ ਚੋਦੋ। ਸਾਨੂੰ ਇਹਨਾਂ ਤੁਸੀਂ ਜਾਣਾ ਕਰੋ ਵੀ ਸਾਨੂੰ ਖੇਤੀਬਾੜੀ ਬਾਰੇ ਕੁਛ ਪਤਾ ਨਹੀਂ, ਅਸੀਂ ਕੋਈ ਫੇਮਸ ਨਹੀਂ, ਕੁਛ ਹੋਰ ਨਹੀਂ, ਸਾਡਾ ਖੇਤੀਬਾੜੀ ਸਾਰੇ ਕੰਮ ਕਰਨ ਜਾਣਦੇ ਆਪ। ਮੀਂਹ ਆ ਗਿਆ, ਇੱਧਰਲਾ ਫੋਨ ਬੰਦ ਕਰ ਲਾ, ਇੱਧਰਲਾ ਚੱਲੀ ਜਾਂਦੇ ਤਾਂ ਧਰ ਲਾ ਇਹਨੂੰ, ਮੈਨੂੰ ਬੰਦ ਕਰ ਦੇ ਲਾਈਵ, ਜਿਹੜਾ ਚੱਲੀ ਜਾਣਦੇ ਲਾਈਵ, ਹਾਂ ਇੱਧਰਲਾ ਫੋਨ ਬੰਦ ਕਰਤਾ ਨਾ। ਅਤੇ ਤਾਂ ਕਰਕੇ ਕਹਿਣੇ ਆ ਵੀ ਖੇਤੀਬਾੜੀ ਦਾ ਹੁਣ ਜੇ ਸਾਡੇ ਵਰਗੇ ਪੜ੍ਹੇ ਲਿਖੇ ਮੁੰਡਿਆਂ ਨੂੰ, ਅਸੀਂ ਕੋਈ ਅਨਪੜ੍ਹ ਵੀ ਨਹੀਂ ਹੈਗੇ, ਅਜੇ ਤਾਂ ਹੱਥ ਧਰ ਲਾ ਬਾਪੂ, ਪਾਣੀ ਨਾ ਪੈ ਜਾਓ, ਪਾਣੀ ਦਾ ਆਈਫੋਨ 'ਚ ਵੈਸੇ ਪੈਂਦਾ ਨਹੀਂ ਹੈਗਾ, ਚਲੋ ਚੱਲ ਕੋਈ ਆਉਣ ਹੋਵੇ, ਕਿਸਮਤ ਖਰਾਬ ਹੀ ਹੈ, ਕਿਸਮਤ ਸਾਡੀ ਮਾੜੀ ਚੱਲਦੀ, ਸਾਡੇ ਕੋਲ ਰੁਪਏ ਨਹੀਂ ਹੁੰਦੇ, ਬੋਲ ਲੈਣ ਮਸਾ ਲੈਤਾ, ਸਹੀ ਗੱਲ ਦੱਸੀ ਹੈ ਬਾਈ ਤੁਹਾਨੂੰ, ਕੋਈ ਰੁਪਏ ਨਹੀਂ ਹੁੰਦੇ। ਲਾਈਵ ਬਹੁਤ ਮੁੜਖਾ ਚੱਲ ਰਿਹਾ, ਬਹੁਤ ਬੰਦੇ ਲਾਈਵ, 400 ਬਹੁਤ ਗਦਾਕੇ ਹੀ ਪੈ ਰਿਹਾ, ਪਹਿਲਾਂ 600 ਬੰਦਾ ਸੀ ਹੁਣ 400 ਰਹਿ ਗਿਆ, ਚੱਲ ਹੁਣ ਚੱਲ ਰਹੇ ਗੁਣਿਆ ਚੱਲ ਰਿਹਾ ਬਹੁਤ ਫਿਰ ਵੀ। ਅਤੇ ਬਾਬੇ ਗੱਲਬਾਤ ਹੁਣ ਕਿਹੜੇ ਗੱਲਾਂ ਕਰ ਰਹੇ ਸੀਗੇ, ਮੈਂ ਭੁੱਲ ਗਿਆ ਕਿਤਾਬ ਦੇ ਬਾਰੇ ਕਿਹੜੀ ਗੱਲ ਕਰ ਰਹੇ ਸੀ ਆਪਣੇ, ਦੋ ਬੰਦੇ ਜਿਹੜੇ ਮੰਨ ਕੇ ਚੱਲ ਕਹਿੰਦੇ ਨੇ ਵੀ ਅਸੀਂ ਕੰਮ ਨੀ, ਇਹ ਨੀ, ਦੋ ਬੰਦੇ ਜਦੋਂ ਮਰਜ਼ੀ ਲੱਗ ਜਾਣ ਕੰਮ 'ਚ, ਦੋ ਬੰਦੇ ਜਦੋਂ ਮਰਜ਼ੀ, ਦੋ ਬੰਦੇ ਜਾਣੇ ਇੱਕ ਬੰਦਾ ਸਾਡਾ ਬੰਦਾ ਕੰਮ ਕਰ ਸਕਦਾ।
ਅਸੀਂ ਮੇਰੇ ਸਾਲੇ ਗੋਹਾ ਕੂੜਾ ਸਿੱਟਿਆ ਹੋਇਆ, ਸਾਨੂੰ ਸਾਰਾ ਕੁਛ ਪਤਾ ਹੈ। ਰੋਟੀਆਂ ਅਸੀਂ ਆਪ ਲਾਉਣੀਆਂ, ਰੋਟੀਆਂ ਭੈਣ ਚੋਂ ਤਾਂ ਰੋਟੀਆਂ ਸਾਨੂੰ ਸਾਰਾ ਕੰਮ ਏ ਟੂ ਜੈਡ ਕਰਨ ਵਾਲਾ। ਕਈ ਬੰਦੇ ਲੱਥ ਨੇ ਜੀ, ਇਹ ਲੋਭ ਨੇ ਜੀ, ਗਾਲਾਂ ਕੱਢਦੇ ਨੇ, ਟੱਟੇ ਗਾਲਾਂ ਕੱਢਦੇ ਅਸੀਂ ਭੈਣ ਚੋਂ ਤੋਂ। ਅਸੀਂ ਸਾਨੂੰ ਸਾਰਾ ਕੁਛ ਪਤਾ ਜੀ, ਖੇਤੀਬਾੜੀ ਵਾਲੇ ਬੰਦਿਆਂ ਨਾਲ ਅਸੀਂ ਭੈਣ ਚੋਂ ਤੋਂ ਪੜ੍ਹੇ ਵੀ ਹੋਏ ਹਾਂ। ਭੈਣ ਦੀ ਫੁੱਦੀ ਕਹਵਾ ਸਾਨੂੰ ਖੇਤੀਬਾੜੀ ਮੰਤਰੀ ਬਣਾ ਦਿਉ, ਜੇ ਨਾ ਪੰਜਾਬ ਦੀ ਮੈਂ ਮੂਤਨਾ ਦਾੜੀ ਮੁੜਦਾ, ਜੇ ਨਾ ਪੰਜਾਬ ਅਮੀਰ ਕਰਤਾ ਤਾਂ ਸਾਨੂੰ ਸਾਰਾ ਪੰਜਾਬ ਦਾ ਸਾਰਾ ਕਰਜ਼ਾ ਤਾਰਦਾ। ਪਹਿਲੀ ਗੱਲ ਤਾਂ ਅਸੀਂ ਭੁੱਖੀ ਫੀਮ ਦੀ ਖੇਤੀ ਕਰਾਵਾਂਗੇ, ਕੋਲਡ ਸਟੋਰ ਬਣਾਵਾਂਗੇ, ਜਿੰਨਾਂ ਚੀਜ਼ਾਂ ਦੀ ਲੋੜ ਹੈ। ਭੈਣ ਦੀ ਫੁੱਦੀ ਕਹਵਾ ਜਿਹੜੀ ਚੀਜ਼ਾਂ ਦੀ ਲੋੜ ਨਹੀਂ ਹੈਗੀ ਉਹਨਾਂ ਦੇ ਕੀ ਹੈ। ਮੈਂ ਕਹਿਣਾ ਇੱਕ ਗੱਲ ਹੋਰ ਕਹਿਣਾ, ਹੁਣ ਕੈਪਟਨ ਦੀ ਸਰਕਾਰ ਬਣੀ ਆ, ਉਹ ਕਹਿੰਦਾ ਵੀ ਮੈਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰ। ਜੇ ਮੈਂ ਹੁੰਦਾ ਮੈਂ ਕਿਸਾਨਾਂ ਦਾ ਕਰਜ਼ਾ ਕਦੇ ਨਹੀਂ ਮਾਫ਼ ਕਰਦਾ। ਮੈਂ ਕਿਸਾਨਾਂ ਨੂੰ ਅਮੀਰ ਆਪਦੇ ਤਰੀਕੇ ਨਾਲ ਕਰਦਾ। ਮੈਂ ਇੱਕ ਸਾਲ ਦੇ ਵਿੱਚ ਕਿਸਾਨ ਅਮੀਰ ਕਰ ਦੇਣੇ ਸੀਗੇ, ਪਈ ਜਾਣ ਦੇ ਨਹੀਂ, ਕੋਈ ਗੱਲ ਨਹੀਂ। ਮੈਂ ਇੱਕ ਸਾਲ ਦੇ ਵਿੱਚ ਜਿਹੜਾ ਮੰਨ ਕੇ ਚੱਲ ਪੈਸਾ, ਮੈਂ ਇਹੋ ਜਿਹੀਆਂ ਚੀਜ਼ਾਂ ਲਿਆਉਣੀਆਂ ਸੀ ਪੰਜਾਬ ਦੇ ਵਿੱਚ, ਇੰਨੀਆਂ ਚੀਜ਼ਾਂ ਕਿਸਾਨਾਂ ਨੂੰ ਦੇਣੀਆਂ ਸੀਗੀਆਂ, ਇੰਨੀ ਮਸ਼ੀਨਰੀ ਕਿਸਾਨਾਂ ਨੂੰ ਦੇਣੀ ਸੀ, ਇੰਨੀਆਂ ਚੀਜ਼ਾਂ ਬਾਹਰਲੇ ਲਿਆਉਣੀਆਂ ਸੀਗੀਆਂ ਵੀ ਜਿਨ੍ਹਾਂ ਦੇ ਨਾਲ ਲੱਖਾਂ ਰੁਪਇਆ ਕਮਾ ਸਕਦੀ ਕਿਸਾਨ। ਮੈਂ ਮਸ਼ੀਨਰੀ ਲਿਆਉਂਦਾ, ਜਿਹੜੀ ਮਸ਼ੀਨਰੀ ਹੁਣ ਬਾਹਰਲੇ ਦੇਸ਼ਾਂ 'ਚ ਬਾਹਰਲੇ ਕੰਟਰੀਆਂ 'ਚ ਚੱਲ ਰਹੀ ਹੈ, ਮੈਂ ਉਹ ਮਸ਼ੀਨਰੀ ਪੰਜਾਬ ਦੇ ਵਿੱਚ ਲਿਆਉਣੀ ਸੀਗੀ। ਮੈਂ ਜੇ ਮਨ ਦੇ ਨਾਲ ਫਰਜ਼ ਕਰੋ ਵੀ ਮੈਂ ਉਹ ਮੈਂ ਇੱਕ ਸੁਪਨਾ ਲੈ ਰਿਹਾ ਵੀ ਜੇ ਮੈਂ ਮੰਤਰੀ ਹੁੰਦਾ ਮੈਂ ਕੀ ਕਰਨਾ ਸੀ। ਮੈਂ ਭੈਣ ਦਾ ਇਹੋ ਜਿਹੀ ਚੀਜ਼ਾਂ ਲੈ ਕੇ ਪੰਜਾਬ 'ਚ ਛੱਡ ਦੇਣੀ ਸੀਗਾ ਵੀ ਜਿਹਦੇ ਨਾਲ ਭੈਣ ਦਾ ਸਾਡਾ ਇੱਕ ਕਿੱਲੇ ਤੋਂ ਜਿਹੜੀ ਸਾਡੀ 80,000 ਰੁਪਏ ਦੀ ਫਸਲ ਹੁੰਦੀ ਹੈ, 2-3 ਲੱਖ ਰੁਪਇਆ ਸਾਲ ਦਾ ਕਮਾਉਂਦਾ ਕਿਸਾਨ, 2-3 ਲੱਖ ਰੁਪਇਆ। ਟੁੱਟ ਮਾਰਦੇ ਸੀ ਕਰਜ਼ੇ ਮਾਫ ਹੋਣ ਦੀ, ਤਾਂ ਸਾਡੇ ਆਨੂ ਹਾਨੀ ਸਾਹਿਬ ਨੂੰ ਚੱਲ ਭੈਣ ਦੀ ਬੁੱਧੀ, ਉਹ ਗੱਲਾਂ ਵੀ ਜਾਂਦੇ ਚੋਰ ਦੀ ਪੱਗ ਹੀ ਸਹੀ, ਹੋਰ ਕਿਹਾ ਵੀ ਚੱਲ ਕਰਜ਼ਾ ਮਾਫ਼ ਕਰ ਦੂ ਤਾਂ ਵੀ ਚੰਗੀ ਗੱਲ ਹੈ। ਗੱਲਾਂ ਤਾਂ ਉੱਥੇ ਨੇ ਗੱਲ ਆ ਬਾਬੇ, ਤੁਸੀਂ ਆਪ ਦੇਖੋ ਸਰਕਾਰਾਂ ਭੈਣ ਚੋਂ ਦੇ ਇੰਨੇ ਮਾੜੇ ਨੇ, ਸਾਡੇ ਚੌਲ ਸਿਰਫ 17-18 ਰੁਪਏ ਲੱਗਦੇ ਨੇ। ਹਾਂ, ਤੇ ਇਸ ਤੋਂ ਬਾਅਦ ਇਹ ਕੀ ਕਰਦੇ ਨੇ, 700 ਚੌਲ ਲੈ ਕੇ ਆਪ ਭੈਣ ਚੋਂ ਵੇਚਦੇ 40-50 ਰੁਪਏ। ਸਾਡੀ ਫਸਲ ਅਸੀਂ ਆਪ ਵਿੱਚ ਵੜਦੇ ਹਾਂ, ਆਪ ਰੇਹ ਸਿੱਟਦੇ ਹਾਂ, ਪਸੀਨੋ ਹੁੰਦੇ ਆ ਭੈਣ ਚੋਂ, ਸਾਨੂੰ ਇੰਨਾ ਘੱਟ ਰੇਟ ਆਪ ਭੈਣ ਦੀ ਬੁੱਧੀ ਬਹਿ ਕੇ ਕੁਰਸੀ ਤੇ ਆਪ ਮਹਿੰਗੇ ਵੇਚ। ਉਹ ਭੈਣ ਤੋਂ ਤਾਂ ਹੱਥ ਕਰ ਲਓ, ਉੱਤੇ ਪਾਣੀ ਨਾ ਪਾ ਦੀ, ਤੇਰੀ ਭੈਣ ਦੇ ਡੰਗ ਚਾਹੇ ਆਈ ਤੈਨੂੰ ਆਇਆ ਵੀ ਇਹ 'ਚ ਪਾਣੀ ਨਹੀਂ ਪੈਂਦਾ, ਇਹ 'ਚ ਪਾਣੀ ਦਾ ਜਦੋਂ ਮਾੜੀ ਕਿਸਮਤ ਹੋਵੇ ਸਾਡੇ ਕੋਲ ਰੁਪਈਏ ਨੇ ਤੂੰ ਬਦਲ ਲੈਣਾ, ਉੱਠਦੇ ਬੱਚੇ ਨੂੰ ਕੁੱਤਾ ਵੱਢ ਦੇਣਾ, ਭੈਣ ਚੋਂ ਜਦੋਂ ਮਾੜੀ ਕਿਸਮਤ ਹੋਵੇ, ਭੈਣ ਚੋਂ ਤਾਂ ਤੈਨੂੰ ਆਇਆ ਵੀ ਫੋਨ 'ਚ ਪਾਣੀ ਨਹੀਂ ਪੈਂਦਾ। ਇਹ ਦੇਖ ਲਓ ਬਾਬੇ, ਇੰਨੀਆਂ ਮਾੜੀਆਂ ਸਰਕਾਰਾਂ ਨੇ ਤੇ ਕਿਸਾਨਾਂ ਦੀ ਇਹਨਾਂ ਨੇ ਮਾਂ ਚੋਤੀ ਜਮਾ ਮਾਂ ਚੋਤੀ, ਇਹਦਾ ਗੱਲ ਕਰ ਇੱਕ ਸਾਡੀ ਕਿਸਾਨ ਯੂਨੀਅਨ ਜਿਹੜੀ ਸਿਰਫ ਹੱਥ ਬਣ ਕੇ ਕਹਿਣਾ, ਉਹ ਹੱਥ ਬਣ ਕੇ ਕਹਿਣਾ ਬਸ ਗੱਲ ਸੁਣ ਲਓ, ਮੇਰੀ ਥੋੜ੍ਹੀ ਗੱਲ ਇੱਕ ਵਾਰੀ ਸ਼ੇਅਰ ਹੋਰ ਕਰਿਓ, ਉਹ ਮੰਨ ਜਾਓ ਭੈਣ ਚੋਂ ਤਾਂ ਇੱਕ ਜਥੇਬੰਦੀ ਬਣਾ ਲਓ ਕਿਸਾਨ ਦੀ, ਪੰਜਾਬਾਂ ਦੀ, ਪੰਜਾਬ ਦੀ, ਤੇ ਹੋਰ ਵੀ ਆਪਣੇ 11 ਬੇਲੇ ਨੂੰ ਕਹਿਣਾ ਬਾਈ ਸਾਰਿਆਂ ਨੇ ਕਿਸਾਨ ਨੌਜਵਾਨ ਸਾਰਿਆਂ ਨੇ ਸਾਥ ਦਿਓ ਕਿਸਾਨ ਯੂਨੀਅਨ ਦਾ। ਨੌਜਵਾਨ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਅਸੀਂ ਨਾ ਇੱਕ ਹੁਣ ਸਪੈਸ਼ਲ ਕੋਈ ਕਿਸਾਨਾਂ ਦੇ ਲਈ ਇੱਕ ਇਹੋ ਜਿਹੀ ਚੀਜ਼ ਬਣਾ ਰਹੇ ਹਾਂ, ਨੌਜਵਾਨ ਕਿਸਾਨ ਯੂਨੀਅਨ। ਨੌਜਵਾਨ ਅਸੀਂ ਬੁੱਢ ਭਾਰਤ ਦਾ ਕਰਾਂਗੇ ਜੀ, ਸਾਡੀ ਕੋਈ ਮੰਗ ਨਹੀਂ ਮੰਨਿਆ ਕਰੂ ਨਾ ਸਰਕਾਰ, ਨੌਜਵਾਨ ਅਸੀਂ ਬੁੱਢ ਭਾਰਤ ਦਾ ਕਰਾਂਗੇ। ਉੱਧਰ ਸਾਡਾ ਉਹ ਸੀਗਾ ਕਿੱਥੇ ਸੀਗਾ, ਉਹ ਧੂਰੀ ਧੂਰੀ 90 ਕਰੋੜ ਰੁਪਇਆ ਦੱਬੀ ਖੜੀ, ਜਿੱਦਣ ਅਸੀਂ ਗਏ ਹਾਂ ਜਿੱਦਣ ਅਸੀਂ ਗਏ ਹਾਂ ਉੱਧਰ ਘੱਟੋ ਘੱਟ 400-500 ਮੁੰਡਾ ਪਹੁੰਚਿਆ ਬਾਬੇ, ਸਾਨੂੰ ਇੰਨਾ ਮਨ ਖੁਸ਼ੀ ਹੋਇਆ, ਉਹਨਾਂ ਨੇ ਸਾਡੀ ਕਦਰ ਕਰੀ, ਉਹਨਾਂ ਨੇ ਜਿਹੜਾ ਧਰਨੇ ਦੇ ਉੱਤੇ ਬੈਠੇ ਸੀ ਉਹ ਕਹਿੰਦੇ ਅੱਜ ਪਹਿਲੀ ਵਾਰ ਹੋਇਆ ਬੁੜੇ ਕਹਿੰਦੇ ਵੀ ਇੰਨੇ ਨੌਜਵਾਨ ਧਰਨੇ 'ਚ ਪਹੁੰਚੇ ਨੇ। ਅਸੀਂ ਆਖਿਆ ਉਸ ਉਹਦੀ ਮੈਂ ਇੱਕ ਥੱਪੜ ਕੇ ਕਿਹਾ, ਮੈਂ ਕਿਹਾ ਅਸੀਂ ਹੁਣੀ ਯਾਦਵ ਦੀ ਭੈਣ ਦੇ ਡਾਂਗ ਦਿੰਦੇ, ਜਿਹੜਾ ਧੂਰੀ ਵਾਲਾ ਸਾਡਾ ਪੈਸਾ ਦੱਬੀ ਖੜਾ ਬਾਬੇ, ਉਹ ਅੱਧੇ ਕੁ ਪੈਸੇ ਤਾਂ ਪਵਾ ਤੇ, ਹਜੇ ਅੱਧਾ ਕੁ ਮਸਲਾ ਵਿੱਚ ਹੀ ਲਟਕਦਾ। ਅਸੀਂ ਤਾਂ ਉਹਦੀ ਕਹਤਾ ਜੀ, ਪਰ ਬਾਪੂ ਸਾਡੇ ਕਹਿੰਦੇ ਡਰ ਗਏ, ਕਹਿੰਦੇ ਸੋਚ ਤਾਂ ਰਹਿਣ ਦਿਓ। ਮੈਂ ਕਿਹਾ ਅਸੀਂ ਮਿਲੋ ਜੀ ਹੁਣ ਭੰਨ ਦਾਂਗੇ ਉਹਦੀ, ਸਾਡੇ ਪੈਸੇ ਕਿਉਂ ਨਹੀਂ ਜਾਂਦਾ, ਹੁਣ ਗੰਨੇ ਦੀ ਫਸਲ ਸਾਡੀ ਸਾਰੀ ਤਬਾਹ ਹੋ ਗਈ ਬਾਬੇ, ਉਹ ਗੰਨੇ ਦੀ ਫਸਲ ਭੈਣ ਚੋਂ ਤਾਂ ਸਾਰੀ ਤਬਾਹ ਹੋ ਗਈ। ਸਾਡੇ ਪਿੰਡ ਦੇ ਵਿੱਚ ਘੱਟੋ ਘੱਟ ਬਹੁਤ ਸਾਰਾ ਗੰਨਾ ਬੀਜਾ ਹੋਇਆ ਸੀ, ਭੈਣ ਚੋਂ ਨੇ ਪੈਸੇ ਦੱਬ ਲਏ, ਹਾਨੀ ਸਾਹਿਬ ਨੂੰ ਸਾਰਿਆਂ ਨੇ ਗੰਨਾ ਵਾਹ ਕੇ ਜੀਰੀ ਲਾਤੀ। ਭੈਣ ਦੀ ਖੁਦੀ ਖਾਵੇ ਪੈਸਾ ਨਹੀਂ ਮਿਲਦਾ, ਨਾ ਭੈਣ ਦੀ ਖੁਦੀ ਖਾਵੇ ਮੰਤਰੀ, ਨਾ ਸਾਡੇ ਸਰਕਾਰਾਂ ਦੇ ਨਾਲ ਮਿਲੇ ਹੋਏ ਨੇ, ਸਾਰਾ ਮਿਲੇ ਹੋਏ ਨੇ, ਬਸ ਸਾਰੇ ਨਾਲ ਮਿਲੇ ਹੋਏ ਨੇ ਯਾਰ ਸਾਰੇ। ਜੇ ਇੱਥੇ ਕੋਈ ਭੈਣ ਚੋਂ ਜੇ ਆਪਣੇ ਨਾਂ ਨਹੀਂ ਲੈਣਾ ਚਾਹੁੰਦਾ, ਇੱਕ ਮਿੰਟ ਤੇਰੀ ਗੱਲ ਵਿੱਚ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੀ ਮਿਲਣਾ ਜਿਹੜਾ ਮਿਲਦਾ ਪੈਸਾ ਦੱਬਿਆ ਉਹ ਕਾਂਗਰਸ ਦਾ ਬਹੁਤ ਸਾਰਾ ਵੱਡਾ ਵਿੱਚ ਬੰਦਾ, ਬਹੁਤ ਵੱਡਾ ਵਿੱਚ ਬੰਦਾ ਜਿਹਦੇ ਕਰਕੇ ਉਹ ਪੈਸਾ ਦੱਬੀ ਖੜਾ। ਸਾਡੇ ਜਿਹੜਾ ਹਜੇ ਵੀ ਪਤਾ ਨਹੀਂ 20-25 ਕਰੋੜ ਰੁਪਇਆ ਰਹਿੰਦਾ ਸਾਡਾ ਹਜੇ ਸਾਡੇ ਕਿਸਾਨਾਂ ਦਾ, ਉਹਦੇ ਕਰਕੇ ਦੱਬੀ ਖੜਾ। ਉਹੀ ਤਾਂ ਗੱਲ ਆ ਭੈਣ ਚੋ, ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ। ਇੱਥੇ ਕੋਈ ਜ਼ਿਮੀਦਾਰ ਭਰਾ ਕਿਸੇ ਬੈਂਕ ਦੇ ਰੁਪਈਏ ਦੇਣੇ ਹੋ ਜਾਂ 2 ਲੱਖ ਦੇਣਾ, ਭੈਣ ਚੋ ਤਾਂ ਬੈਂਕ ਵਾਲੇ ਗੇੜੇ ਤੇ ਗੇੜਾ, ਪੁਲਿਸ ਲੈ ਕੇ ਗੇੜੇ ਮਾਰੀ ਜਾਓ, ਭੈਣ ਚੋ ਉਹਨੂੰ ਕਿਉਂ ਨਹੀਂ ਫੜਦੇ, ਕਿਉਂਕਿ ਉਹ ਨਾਲ ਦੇ ਨਾਲ ਸਰਕਾਰ ਮਿਲੀ ਹੋਈ ਆ। ਇਹ ਤਾਂ ਕਰਕੇ ਬਾਬੇ ਭੈਣ ਚੋ ਤਾਂ ਇਹੋ ਜਿਹੀ ਮਾੜੀ ਸਰਕਾਰ ਆ, ਜੇ ਆਪਣੇ ਕਿਸਾਨ ਭਰਾਵਾਂ ਦੀ ਸਰਕਾਰ ਬਣੇ ਤਾਂ ਸਾਰਾ ਕੁਛ ਸੈੱਟ ਹੋ ਜਾਵੇ। ਬਾਬੇ ਇੱਕ ਗੱਲ ਮੈਂ ਹੋਰ ਦੇਖਣਾ ਚਾਹੁੰਦਾ, ਜਿਹੜਾ ਬੰਦਾ ਸੱਚਾ ਵਾ ਉਹਦਾ ਪੱਖ ਕਰਦਾ, ਇੱਕ ਗੱਲ ਹੋਰ ਧਿਆਨ ਨਾਲ ਸੁਣ ਲਓ, ਆਹ ਨਵਜੋਤ ਸਿੱਧੂ ਦਾ ਮਸਲਾ ਪੱਖਿਆ ਹੋਇਆ, ਨਵਜੋਤ ਸਿੱਧੂ ਦਾ ਕੁੱਲ ਮਿਲਾ ਕੇ ਮੈਂ ਰਿਜ਼ਲਟ ਕੱਢਾਂ, ਨਵਜੋਤ ਸਿੱਧੂ ਕੋਈ ਮੇਰਾ ਭੈਣ ਚੋਂ ਦਾ ਮਾਸੀ ਦਾ ਮੁੰਡਾ ਨਹੀਂ ਹੈਗਾ, ਮੈਂ ਉਹਦੀ ਤਾਰੀਫ ਕਰਾਂ, ਪਰ ਨਵਜੋਤ ਸਿੱਧੂ ਆ ਭੈਣ ਚੋਂ ਦੇ ਨਾਲ ਸਾਰੇ ਲੀਡਰਾਂ ਨੂੰ ਠੀਕ ਹੈ, ਉਹ ਬੰਦਾ ਸੱਚ 'ਤੇ ਲੜ ਰਿਹਾ ਯਾਰ, ਭੈਣ ਦੀ ਫੁੱਦੀ ਉਹਦੀ ਤਸੀਫਾ ਦੇਣ,
ਕਿਉਂਕਿ ਬਾਬੇ ਉਹ ਸੱਚਾ ਬੰਦਾ ਨਵਜੋਤ ਸਿੱਧੂ ਸੱਚਾ ਬੰਦਾ ਭੈਣ ਜੀ ਆਹ ਮੈਂ ਚੱਲ ਗਾਲ ਨਹੀਂ ਕੱਢਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਸਰਸਾ ਜਿਹਾ ਮੈਂ ਸਵੇਰੇ ਇੰਟਰਵਿਊ ਸੁਣੀ ਉਹ ਚੱਲ ਰਿਹਾ ਸੀਗਾ ਉਹ ਨਵਜੋਤ ਸਿੱਧੂ ਦੇ ਖਿਲਾਫ਼ ਬੋਲ ਰਿਹਾ ਸੀ ਨਵਜੋਤ ਸਿੱਧੂ ਕੋਈ ਸਾਡੀ ਮਾਸੀ ਦਾ ਮੁੰਡਾ ਨਹੀਂ ਜਿਹੜਾ ਬੰਦਾ ਸੱਚਾ ਸੀ ਉਹਦਾ ਪੱਖ ਕਰਾਂਗੇ ਠੀਕ ਹੈ ਚਾਹੇ ਉਹ ਕਾਂਗਰਸ ਚਾਹੇ ਉਹ ਕਾਂਗਰਸ ਦਾ ਚਾਹੇ ਉਹ ਅਕਾਲੀਆਂ ਦਾ ਨਵਜੋਤ ਸਿੱਧੂ ਨੇ ਸੱਚ ਦਾ ਤਸੀਬਾ ਦਿੱਤਾ ਭੈਣ ਚੋਂ ਤੋਂ ਲੋਕੋ ਆਪਾਂ ਨੂੰ ਵੀ ਸੱਚੇ ਬੰਦੇ ਦਾ ਸਾਥ ਦੇਣਾ ਚਾਹੀਦਾ ਤੁਸੀਂ ਇਹ ਗੱਲ ਜਦੋਂ ਵੀ ਭੈਣ ਚੋਂ ਤਾਂ ਸੱਚੇ ਬੰਦਾ ਸਾਥ ਨਹੀਂ ਦਿੰਦੇ ਵੰਡਣਾ ਮਾਰੋ ਅਕਾਲੀ ਕਾਂਗਰਸੀਆਂ ਦੀ ਇਹ ਫਿਕਸ ਨੇ ਭੈਣ ਚੋਂ ਤਾਂ ਠੀਕ ਆ ਤੁਸੀਂ ਐਵੇਂ ਭੈਣ ਦੀ ਅਕਾਲੀ ਕਾਂਗਰਸ ਅਕਾਲੀ ਲੰਨ ਫੜ ਲਓ ਬੈਠੇ ਨੇਗੇ ਠੀਕ ਆ ਉੱਥੇ ਉੱਦਾਂ ਬਹਿ ਜਾਂਦੇ ਨੇ ਮੌਜ ਨਾਲ ਇੱਥੇ ਭੈਣ ਦੇ ਅਸੀਂ ਖੱਪਦੇ ਫਿਰਦੇ ਰਹਿੰਦੇ ਹਾਂ ਇਹ ਗੱਲਾਂ ਵੱਲ ਧਿਆਨ ਦੇਣਾ ਬਾਬੇ ਬਹੁਤ ਜ਼ਰੂਰੀ ਹੈ ਨਵਜੋਤ ਸਿੱਧੂ ਦੀ ਅਸੀਂ 100% ਮੈਂ ਉਹਦੀ ਸਪੋਰਟ ਕਰਦਾ ਉਹ ਬੰਦੇ ਦੀ ਠੀਕ ਆ ਉਹ ਬੰਦਾ ਸੱਚ ਦੇ ਆਧਾਰ 'ਤੇ ਉਹਦੀ ਮਾਰਦਾ ਤਸੀਫਾ ਦੇਣਾ ਕਿਤੇ ਸੌਖਾ ਪਿਆ ਹੈ ਉਹਨੇ ਠੀਕ ਆ ਉਹਨੇ ਉਹਦੇ ਕੋਲ ਬਾਬੇ ਉਹ ਪੈਸੇ ਵੀ ਹੈਗੇ ਨੇ ਮੈਂ ਤੁਹਾਨੂੰ ਗੱਲ ਦੱਸਦਾ ਚਾਰ ਉਹਦੇ ਕੋਲ ਬੰਦਾ ਉਹਨੇ ਬਹੁਤ ਜ਼ਿਆਦਾ ਪੈਸਾ ਕਮਾਇਆ ਛੂਹਾਂ ਛੂਹਾਂ 'ਚੋਂ ਸਿੱਧੂ ਨੇ ਕਮਾਇਆ ਯਾਰ ਠੀਕ ਆ ਬੰਦਾ ਨੌ ਚੱਲਿਆ ਛੂਹਾਂ ਵਾਲੇ ਵਾਧੂ ਪੈਸੇ ਦਿੰਦੇ ਨੇਗੇ ਹੁਣ ਸੀਗਾ ਸਾਨੂੰ ਕਿਹੜਾ ਸਾਨੂੰ ਸਾਡੇ ਕਿਹੜਾ ਚਾਹ ਪਾਣੀ ਦਾ ਖਰਚਾ ਚੱਲਦਾ ਨਹੀਂ ਜੀ ਅਸੀਂ ਕਦੇ ਵੀ ਸਾਨੂੰ ਨਹੀਂ ਕੁਛ ਬਣ ਰਿਹਾ ਬਣਦਾ ਬਾਬੇ ਜਦੋਂ ਬੰਦਾ ਨਾ ਬਣਦਾ ਫਿਰ ਹੁੰਦਾ ਇਹ ਥੋੜ੍ਹਾ ਹੋਏ ਭੈਣ ਜੀ ਠੀਕ ਆ ਤੁਸੀਂ ਧਨ ਸਮਾਨ ਸਾਰਾ ਕੁਝ ਇਕੱਠਾ ਕਰੀਓ ਇਹ ਗੱਲਾਂ ਨੇਗੀਆਂ ਤੁਹਾਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਆ ਸਾਡੇ ਕਿਸਾਨਾਂ ਨੂੰ ਸਾਡੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹੱਥ ਬੰਨ ਕੇ ਸਾਡੀ ਬੇਨਤੀ ਹੈ ਜਦੋਂ ਵੀ ਕਿਸੇ ਅਸੀਂ ਕਿਸੇ ਧਰਨੇ 'ਤੇ ਜਾਈਏ ਕਿਸਾਨ ਯੂਨੀਅਨ 'ਤੇ ਸਾਡਾ ਕੋਈ ਪ੍ਰਧਾਨ ਸਾਡੀ ਕੋਈ ਵੀਡੀਓ ਦੇਖਦਾ ਅਸੀਂ ਉੱਥੇ ਇਹ ਗੱਲ ਜ਼ਰੂਰ ਕਹਾਂਗੇ ਚਾਹੇ ਕਿਸੇ ਦੇ ਗਿੱਟੇ ਲੱਗੇ ਚਾਹੇ ਕਿਸੇ ਦੇ ਗੋਡੇ ਲੱਗੇ ਵੀ ਪੰਜਾਬ ਦੀ ਕਿਸਾਨ ਯੂਨੀਅਨ ਇੱਕ ਹੋਣੀ ਚਾਹੀਦੀ ਆ ਹਾਂ ਪੰਜਾਬ ਦੀ ਕਿਸਾਨ ਯੂਨੀਅਨ ਇੱਕ ਹੋਣੀ ਚਾਹੀਦੀ ਆ ਜਿੰਨਾ ਚਿਰ ਸਾਡੀ ਪੰਜਾਬ ਦੀ ਕਿਸਾਨ ਯੂਨੀਅਨ ਇੱਕ ਨਹੀਂ ਹੋਊਗੀ ਉਨਾ ਚਿਰ ਸਾਡੀ ਕੋਈ ਤਰੱਕੀ ਨਹੀਂ ਹੋ ਸਕਦੀ ਬਾਬੇ ਉਹ ਮੇਰੇ ਦਾਦਾ ਜੀ ਦਾ ਐਡਾ ਵੱਡਾ ਹੱਥ ਰਿਹਾ ਹੁਣ ਤੁਹਾਨੂੰ ਮੈਂ ਪਹਿਲਾਂ ਵੀ ਇਹ ਗੱਲ ਦੱਸ ਕੇ ਹਟਿਆ ਵੀ ਸਾਰੀ ਉਮਰ ਜੇਲ੍ਹਾਂ 'ਚ ਕੱਟੀ ਉਹਨੇ 25-30 ਵਾਰੀ ਜੇਲ੍ਹਾਂ 'ਚ ਗਿਆ ਦੱਸੋ ਅੱਜ ਤੱਕਰ ਭੈਣ ਚੋਂ ਤਾਂ ਕਿਹੜਾ ਮੰਤਰੀ ਕਿਸਾਨਾਂ ਖਾਤਰ ਜੇਲ੍ਹ 'ਚ ਗਿਆ ਜਿੰਨੇ ਵਾਰੀ ਮੇਰਾ ਦਾਦਾ ਜੀ ਜੇਲ੍ਹ 'ਚ ਗਿਆ ਜਿੰਨੇ ਵਾਰੀ ਮੇਰੇ ਦਾਦਾ ਜੀ ਨੇ ਡਾਂਗਾ ਖਾਧੀਆਂ ਨੇ ਹੁਣ ਦੱਸੋ ਭੈਣ ਚੋਂ ਤਾਂ ਕਿਹੜਾ ਐਮਐਲਏ ਨੇ ਡਾਂਗਾ ਖਾਧੀਆਂ ਹੋਣਗੀਆਂ ਨੱਕ ਦੀ ਹੱਡੀ ਉਹਦੀ ਟੁੱਟੀ ਅੱਛਾ ਫਿਰ ਮੇਰੇ ਦਾਦਾ ਜੀ ਇੰਨਾ ਜ਼ਿਆਦਾ ਫੇਮਸ ਹੋਏ ਇੰਨਾ ਜ਼ਿਆਦਾ ਉਹਨੂੰ ਲੋਕ ਜਾਣਦੇ ਸੀ ਕੀ ਬਣਾਇਆ ਸਾਡੇ ਸਾਰੇ ਪਿੰਡ 'ਚ ਆ ਕੇ ਪੁੱਛ ਲਓ ਜਿੰਨੀ ਸਾਡੇ ਕੋਲ ਜ਼ਮੀਨ ਪਹਿਲਾਂ ਸੀ ਉਨੀ ਹੁਣ ਹੈ ਸਾਡੇ ਕੋਲ ਜੱਦੀ ਪੁਸ਼ਤੀ ਜ਼ਮੀਨ ਜਾਇਦਾਦ ਹੈ ਮੇਰੇ ਦਾਦਾ ਜੀ ਨੇ ਸਾਡਾ ਡੱਕਾ ਨਹੀਂ ਬਣਾਇਆ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਕਈ ਸਾਡੇ ਕਹਿ ਦਿੰਦੇ ਨੇ ਕਿ ਵੀ ਤੇਰਾ ਦਾਦਾ ਜੀ ਤਾਂ ਇੰਨੀ ਚੱਲਦੀ ਸੀ ਉਹ ਕੁਛ ਨਹੀਂ ਬਣਾ ਸਕਦਾ ਜੀ ਪਰ ਮੈਨੂੰ ਮੇਰੇ ਦਾਦਾ ਜੀ 'ਤੇ ਮਾਣ ਮਹਿਸੂਸ ਹੁੰਦਾ ਵੀ ਸਾਡਾ ਕੁਛ ਨਹੀਂ ਬਣਾਇਆ ਵਧੀਆ ਗੱਲ ਹੈ ਅਸੀਂ ਆਪਦੇ ਪੈਰਾਂ 'ਤੇ ਆਪ ਉੱਠਾਂਗੇ ਦਾਦਾ ਜੀ ਨੇ ਆਪਦਾ ਨਾਮ ਆਪ ਕਮਾਇਆ ਸੀ ਅਸੀਂ ਆਪਦਾ ਨਾਮ ਆਪਦੇ ਸਿਰ 'ਤੇ ਆਪ ਕਮਾਵਾਂਗੇ ਇਹ ਕਾਰਨ ਹੈ ਦਾਦਾ ਜੀ ਨੇ ਸਾਰੀਆਂ ਜੇਲ੍ਹਾਂ ਦੇ ਵਿੱਚ ਬਰਨਾਲਾ ਜੇਲ੍ਹ ਦੇ ਵਿੱਚ ਸੰਗਰੂਰ ਜੇਲ੍ਹ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਦਿੱਲੀ ਜੇਲ੍ਹ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਦੇਖ ਲਓ ਰਜਿਸਟਰ ਪੱਕੇ ਲੱਗੇ ਹੁੰਦੇ ਨੇ ਜੇਲ੍ਹਾਂ ਦੇ ਵਿੱਚ ਸਾਰੀਆਂ ਜੇਲ੍ਹਾਂ ਦੇ ਵਿੱਚ ਕਰਤਾਰ ਸਿੰਘ ਚੇਅਰਮੈਨ ਦਾ ਨਾਂ ਬੋਲਦਾ ਵੀ ਸਾਰੀਆਂ ਜੇਲ੍ਹਾਂ 'ਚ ਭਾਈ ਜੇਲ੍ਹ ਕੱਟ ਕੇ ਗਿਆ ਸਾਰੇ ਕਿਸਾਨਾਂ ਖਾਤਰ ਜੇਲ੍ਹ ਕੱਟ ਕੇ ਗਿਆ ਆਹ ਧੌਲਾ ਫੈਕਟਰੀ ਸਾਡੇ ਬਣੀ ਸੀਗੀ 4 ਲੱਖ ਰੁਪਏ ਦਿੰਦੇ ਸੀ ਬਾਬੇ ਉਹ 4 ਲੱਖ ਰੁਪਏ ਸਾਡੇ ਕਿਸਾਨਾਂ ਨੂੰ ਕਹਿੰਦੇ ਵੀ ਤੁਸੀਂ ਭਾਜੋ ਚੱਕ ਕੇ ਜੁੱਲੀ ਬਿਸਤਰਾ ਤੁਹਾਨੂੰ 1 ਰੁਪਿਆ ਕੁਛ ਨਹੀਂ ਮਿਲਣਾ ਉਦੋਂ ਮੇਰਾ ਦਾਦਾ ਜੀ ਡਿਸਟ੍ਰਿਕਟ ਦੇ ਪ੍ਰਧਾਨ ਹੁੰਦੇ ਡੰਡੇ ਨਾਲ ਉਦੋਂ 14 ਲੱਖ ਰੁਪਇਆ ਰੇਟ ਦਵਾਇਆ 2003 ਦੀ ਗੱਲ ਆ 3 ਦੇ ਵਿੱਚ 14 ਲੱਖ ਰੁਪਇਆ ਰੇਟ ਕਿਸਾਨ ਯੂਨੀਅਨ ਨੂੰ 14 ਲੱਖ ਰੁਪਇਆ ਰੇਟ ਦਵਾਇਆ ਕਿਸਾਨਾਂ ਨੂੰ ਉਦੋਂ ਦਾ 14 ਲੱਖ ਰੁਪਇਆ ਅੱਜ ਨੂੰ 50-60 ਲੱਖ ਰੁਪਏ ਨੂੰ ਮਾਤ ਪਾਉਂਦਾ 2003 ਦੇ ਵਾਧੀ ਮਾਤ ਪਊਗਾ ਉਦੋਂ ਪੂਰਾ ਮੁੱਲ ਤਾਂ ਦਵਾਉਣੇ ਦਵਾਉਣੇ ਸੀ ਤੂੰ ਵੱਧ ਕੇ ਮੁੱਲ ਦਵਾਇਆ ਮੇਰੇ ਦਾਦਾ ਜੀ ਇੰਨੀਆਂ ਡਾਂਗਾਂ ਖਾਧੀਆਂ ਸੀ ਕਿਸਾਨ ਯੂਨੀਅਨ ਦੇ ਵਿੱਚ ਬਹੁਤ ਵੱਡੇ ਸੰਘਰਸ਼ ਕਰੇ ਹੋਏ ਨੇਗੇ ਪੁਰਾਣੇ ਬੰਦੇ ਸਾਰੇ ਜਾਣਦੇ ਨੇ ਹੁਣ ਅਸੀਂ ਕਿਸਾਨ ਯੂਨੀਅਨ ਦੇ ਮੁੱਦੇ ਸੀ ਕਿਸਾਨਾਂ ਦੀ ਗੱਲਬਾਤ ਸਾਡੀ ਹੋਰ ਕੋਈ ਪਾਰਟੀ ਨਹੀਂ ਸਾਡੀ ਕੋਈ ਪਾਰਟੀ ਹੈ ਭਾਰਤੀ ਕਿਸਾਨ ਯੂਨੀਅਨ ਪੰਜਾਬ ਕਿਸਾਨ ਯੂਨੀਅਨ ਅਸੀਂ ਕਿਸਾਨ ਯੂਨੀਅਨ ਨੂੰ ਸਪੋਰਟ ਕਰਾਂਗੇ ਕਿਸਾਨਾਂ ਦਾ ਕੋਈ ਮੁਸ਼ਕਲ ਹੱਲ ਹੋਵੇ ਅਸੀਂ ਕਰਾਂਗੇ ਤੇ ਕਿਉਂਕਿ ਓਕੇ ਬਾਬੇ ਓ ਲਵ ਯੂ ਥੈਂਕ ਯੂ ਸੋ ਮੱਚ ਆਉਂਦੇ ਬਾਦ ਵੱਧ ਸ਼ੇਅਰ ਕਰ ਦਿਓ ਇੱਕ ਪਿੱਛੋਂ ਬੰਦ ਕਿੱਥੋਂ ਹੋਊਗਾ ਐਂਡ ਨਹੀਂ ਹੋ ਰਿਹਾ ਐਂਡ ਹੋਊਗਾ